ਬਹੁਤ ਸਵਾਗਤ ਹੈ ਜੀ। ਖਾਸ ਮੁਲਾਕਾਤ ਵੇਖ ਰਹੇ ਹੋ ਤੁਸੀਂ ਔਰ ਮੈਂ ਹਾਂ ਸੁਰਿੰਦਰ ਡੱਲਾ, ਔਰ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਦੇ ਸਾਥੀ ਮਾਸਟਰ ਬਲਦੇਵ ਸਿੰਘ ਜੈਤੋਂ, ਵਿਧਾਇਕ ਨੇ ਜੈਤੋਂ ਤੋਂ। ਔਰ ਵੱਡੀ ਗੱਲ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਜੇ ਸਭ ਤੋਂ ਪਹਿਲਾਂ ਮੁੱਢਲੀ ਮੈਂਬਰਸ਼ਿਪ ਆਮ ਆਦਮੀ ਪਾਰਟੀ ਦੀ ਛੱਡੀ ਤਾਂ ਪੰਜਾਬ ਦੇ ਹੱਕ 'ਚ ਮਾਸਟਰ ਬਲਦੇਵ ਨੇ ਵੀ ਆਪਣੀ ਮੁੱਢਲੀ ਮੈਂਬਰਸ਼ਿਪ ਛੱਡੀ, ਅਸਤੀਫਾ ਦਿੱਤਾ ਅਤੇ ਸੁਖਪਾਲ ਖਹਿਰਾ ਦਾ ਸਾਥ ਦੇਣ ਲਈ ਨਾਲ ਆਏ ਨੇ। ਪਾਰਟੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਮਾਸਟਰ ਬਲਦੇਵ ਉਹਨਾਂ ਨੂੰ ਸੌਂਪੀ ਗਈ ਹੈ। ਔਰ ਮੇਰਾ ਮੰਨਣਾ ਹੈ ਕਿ ਮਾਸਟਰ ਬਲਦੇਵ ਸਿੰਘ, ਕਿਉਂਕਿ ਜੈਤੋਂ ਦੇ ਵਿਧਾਇਕ ਨੇ, ਫਰੀਦਕੋਟ ਤੋਂ ਵੱਡੇ ਦਾਅਵੇਦਾਰ ਨੇ ਔਰ ਚੋਣ ਲੜਨਗੇ, ਹਾਲਾਂਕਿ ਆਪ ਨਹੀਂ ਮੰਨਦੇ ਹਜੇ ਮਾਸਟਰ ਬਲਦੇਵ ਕਿ ਮੈਂ ਉੱਥੋਂ ਹਲੇ ਚੋਣ ਲੜਨੀ ਹੈ। ਇਹ ਕਹਿੰਦੇ ਕਿ ਫੈਸਲਾ ਪਾਰਟੀ ਕਰੂਗੀ। ਪਰ ਅੱਜ ਗੱਲ ਕਰਾਂਗੇ ਕਿ ਕੇਜਰੀਵਾਲ ਨਾਲ ਤੋੜ ਵਿਛੋੜੇ ਤੋਂ ਬਾਅਦ ਹੁਣ ਸਥਿਤੀਆਂ ਕਿਹੋ ਜਿਹੀਆਂ ਨੇ, ਜਦੋਂ ਸੁਖਪਾਲ ਸਿੰਘ ਖਹਿਰਾ ਨਾਲ ਪੰਜਾਬੀ ਏਕਤਾ ਪਾਰਟੀ ਬਣਾ ਕੇ ਮਾਸਟਰ ਬਲਦੇਵ ਸਿੰਘ ਹੁਣੀ ਪੰਜਾਬ ਦੇ ਲੋਕਾਂ 'ਚ ਵਿਚਰ ਰਹੇ ਨੇ। ਮਾਸਟਰ ਜੀ, ਪਹਿਲਾਂ ਤਾਂ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਰਾਹੀਂ। ਮੈਂ ਸਾਰੇ ਪੰਜਾਬੀ ਵੀਰਾਂ ਨੂੰ ਅਤੇ NRI ਵੀਰਾਂ ਨੂੰ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਸਾਡੇ ਨਾਲ ਲਾਈਵ 'ਤੇ ਜੁੜੇ ਨੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਜੀ। ਮਾਸਟਰ ਜੀ, ਤੁਹਾਡੇ ਸਾਰੇ ਲੋਕਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਪੰਜਾਬ ਦੇ ਨਾਲ ਖੜ੍ਹੇ ਹੋ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋ ਜੀ। ਹੁਣ ਸੋਚ 'ਚ ਫਰਕ ਪੰਜਾਬ ਦੇ ਹੱਕ ਦੀ ਜਦੋਂ ਗੱਲ ਆਉਂਦੀ ਹੈ, ਤੁਹਾਡੇ ਅਤੇ ਆਮ ਆਦਮੀ ਪਾਰਟੀ 'ਚ ਕਿੰਨਾ ਕੁ ਰਹਿ ਗਿਆ? ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰਦੇ ਹਾਂ, ਜਿਵੇਂ ਕੇਜਰੀਵਾਲ ਸਾਹਿਬ ਆਉਂਦੇ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਵੀ ਤੁਸੀਂ ਅਸੀਂ ਵੀ ਜਿਹੜਾ ਪਾਣੀਆਂ ਦਾ ਜਿਹੜਾ ਇਹਨਾਂ ਨੂੰ ਮਤਲਬ ਕੀਮਤ ਮਿਲਣੀ ਚਾਹੀਦੀ ਹੈ ਜੀ। ਉਹਨਾਂ ਨੇ ਹਮੇਸ਼ਾ ਇਸ ਨੂੰ ਮਤਲਬ ਪਾਸੇ ਰੱਖ ਕੇ ਗੱਲ ਕੀਤੀ ਹੈ। ਜੇ ਹਰਿਆਣੇ 'ਚ ਜਾਂਦੇ ਉੱਥੇ ਸਗੋਂ ਜਾ ਹੀ ਗੱਲ ਮਤਲਬ ਗੱਲ ਕਰਦੇ ਆ ਵੀ ਇੱਥੇ ਜਿਹੜੀ ਹੈ SY ਵਾਲੀ ਨਹਿਰ ਜਿਹੜੀ ਉਹ ਇੱਥੇ ਨਿਕਲਣੀ ਚਾਹੀਦੀ ਹੈ, ਪਾਣੀ ਮਿਲਣਾ ਚਾਹੀਦਾ। ਤੁਸੀਂ ਜਿਹੜੇ ਪੰਜਾਬ ਦੇ ਪੱਖੀ ਵਿਧਾਇਕ, ਮੈਂ ਮੰਨ ਲਵਾਂ ਜੀ, ਤੁਸੀਂ ਗੱਲ ਕਰਦੇ ਰਹੇ ਹੋ ਕਿਤੇ ਨਾ ਕਿਤੇ ਪਾਰਟੀ ਪਲੇਟਫਾਰਮ 'ਚ ਵੀ, ਅਸੀਂ SY ਤੇ ਵੀ ਆਪਣਾ ਸਟੈਂਡ ਕਲੀਅਰ ਕਰੀਏ, SY ਤੇ ਸਟੈਂਡ ਕਲੀਅਰ ਕਰੀਏ। ਹਾਂਜੀ, ਅਸੀਂ ਮਤਲਬ ਪਾਰਟੀ ਦੇ ਵਿੱਚ ਰਹਿ ਕੇ ਬਹੁਤ ਸਾਰੇ ਜਿਹੜੇ ਇਹੋ ਜਿਹੇ ਮੁੱਦੇ ਸੀ ਜਿਹੜੇ ਜਿੱਥੇ ਜਿੱਥੇ ਇਹਨਾਂ ਨੇ ਮਤਲਬ ਆਮ ਆਦਮੀ ਪਾਰਟੀ ਨੇ ਗਲਤ ਕੀਤਾ ਹੈ, ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਆਪਾਂ ਇਹ ਕੰਮ ਨਹੀਂ ਕਰਨਾ ਬਣਦਾ, ਜਿੱਥੇ ਸਾਨੂੰ ਪੰਜਾਬ ਦੇ ਲੋਕਾਂ ਤੋਂ ਜਿਹੜੇ ਸਾਡੇ ਜਿਹੜੇ ਵੋਟਰ ਨੇ ਉਹ ਸਾਨੂੰ ਨਫ਼ਰਤ ਕਰਨ ਲੱਗੇ ਹਨ। ਪਰ ਸਾਡੀ ਪਾਰਟੀ ਦੇ ਵਿੱਚ ਲਗਭਗ 2.5 ਸਾਲ ਤੋਂ ਮੈਂ MLA ਹਾਂ ਇੱਥੋਂ ਜੈਤੋਂ ਤੋਂ, ਕਦੇ ਵੀ ਸਾਨੂੰ ਮਤਲਬ BMLA ਨੂੰ ਬਿਠਾ ਕੇ ਕਦੇ ਵੀ ਸਾਨੂੰ ਕੋਈ ਸੇਧ ਦੇਣ ਦੀ ਨਹੀਂ ਕੋਸ਼ਿਸ਼ ਕੀਤੀ, ਕਦੇ ਵੀ ਕਿਤੇ ਪੰਜਾਬ ਦੀ ਗੱਲ ਕਰਨ ਵਾਸਤੇ ਨਹੀਂ ਕੀਤਾ। ਬੜੇ ਅਫਸੋਸ ਨਾਲ ਮੈਂ ਕਹਿਣ ਲੱਗਾ ਤੁਹਾਡੇ ਸਾਹਮਣੇ ਕਿ ਸਾਨੂੰ ਪੰਜਾਬ ਦੇ ਲਈ ਜੇਕਰ ਸਾਡੇ ਪੰਜਾਬ ਦੇ ਲੋਕਾਂ ਨੇ ਬਣਾਇਆ ਤਾਂ ਪੰਜਾਬ ਦੇ ਹੱਕ ਦੀ ਗੱਲ ਕਰਨੀ ਬਣਦੀ ਹੈ ਜੀ। ਬਿਲਕੁਲ, ਪੰਜਾਬ ਦੇ ਹੱਕ ਦੀ ਗੱਲ ਤਾਂ ਕਰਨੀ ਬਣਦੀ ਹੈ। ਹੁਣ ਸੁਖਪਾਲ ਸਿੰਘ ਖਹਿਰਾ ਦੇ ਵਿੱਚ ਤੁਹਾਨੂੰ ਕੀ ਫਰਕ ਨਜ਼ਰ ਆਇਆ ਕੇਜਰੀਵਾਲ ਦੇ ਮੁਕਾਬਲੇ ਸੁਖਪਾਲ ਸਿੰਘ ਖਹਿਰਾ 'ਚ? ਕਿਉਂਕਿ ਤੁਸੀਂ ਉਹਨਾਂ ਦੀ ਅਗਵਾਈ 'ਚ ਵਿਧਾਨ ਸਭਾ 'ਚ ਵੀ ਰਹੇ ਹੋ ਜਦੋਂ ਉਹ ਓਪੋਜੀਸ਼ਨ ਦੇ ਲੀਡਰ ਸੀ ਜੀ, ਜਿਹੜੇ ਤੁਸੀਂ 6-7 ਵਿਧਾਇਕ ਆਏ ਹੋ ਖਹਿਰਾ ਸਾਹਿਬ ਨਾਲ ਜੀ, ਤੁਸੀਂ ਸੁਖਪਾਲ ਖਹਿਰਾ 'ਚੋਂ ਕਿਹੜਾ ਗੁਣ ਵੇਖਿਆ ਜਿਹਦੀ ਤੁਸੀਂ ਤੁਲਨਾ ਕੀਤੀ ਕੇਜਰੀਵਾਲ ਨਾਲ? ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਰੋਤੇ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਜਦੋਂ LOP ਦਾ ਅਹੁਦਾ ਇਹਨਾਂ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਮਿਲਿਆ, ਉਹ ਵੀ ਦੇਣ ਨੂੰ ਤਿਆਰ ਨਹੀਂ ਸੀ ਅਸਲ ਵਿੱਚ। ਉਦੋਂ ਵੀ ਜਿਹੜੇ 15-16 ਜਿਹੜੇ ਹੈ ਵਿਧਾਇਕ ਨੇ ਉਹਨਾਂ ਨੇ ਬੈਠ ਕੇ ਮੀਟਿੰਗ ਕੀਤੀ ਸੀ ਔਰ ਸਾਰਿਆਂ ਨੇ ਸਹੁੰ ਖਾਧੀ ਸੀ, ਸਾਰਿਆਂ ਨੇ ਸਾਈਨ ਕੀਤੇ ਸੀ। ਇੱਕ ਸੀ ਬੀਬੀ ਮਾਣੂਕੇ, ਸਰਬਜੀਤ ਮਾਣੂਕੇ, ਉਹਨਾਂ ਨੇ ਸਾਈਨ ਵੀ ਨਹੀਂ ਕੀਤੇ ਸੀ, ਉਹਨਾਂ ਨੇ ਮਤਲਬ ਸਹੁੰ ਵੀ ਨਹੀਂ ਖਾਧੀ ਸੀ। ਤਾਂ ਇਹ ਗੱਲ ਸਾਰੀ ਜਦੋਂ ਉਹਨਾਂ ਨੂੰ ਪਤਾ ਲੱਗੀ ਦਿੱਲੀ ਦੇ ਜਿਹੜੇ ਆਪਣੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਨੂੰ ਜਾਂ ਸੰਜੇ ਸਿੰਘ ਨੂੰ, ਤਾਂ ਉਹਨਾਂ ਨੇ ਮਜਬੂਰੀ ਬਸ ਉਦੋਂ ਇਹਨਾਂ ਨੂੰ LOP ਦਾ ਅਹੁਦਾ ਦਿੱਤਾ ਹੈ। LOP ਦਾ ਅਹੁਦਾ ਲਗਭਗ ਖਹਿਰਾ ਸਾਹਿਬ ਜਿਹੜੇ ਨੇ ਉਹਨਾਂ ਨੇ 1 ਸਾਲ ਦੇ ਲਗਭਗ ਉਹਨਾਂ ਨੇ ਕੰਮ ਕੀਤਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਨਹੀਂ ਇਕੱਲੇ ਮਤਲਬ ਵਰਲਡ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਸੀ ਵੀ ਵਿਰੋਧੀ ਧਿਰ ਦਾ ਕੋਈ ਨੇਤਾ ਹੈ। ਜਿਵੇਂ ਰਾਣਾ ਗੁਰਜੀਤ ਦੀ ਗੱਲ ਕਰਦੇ ਹਾਂ, ਉਸ ਬੰਦੇ ਨੂੰ ਮੰਤਰੀ ਪਦ ਤੋਂ ਲਾਉਣਾ ਜਿਹੜਾ ਆਪਣੇ ਆਪ ਨੂੰ CM ਤੋਂ ਦੂਜੇ ਥਾਂ 'ਤੇ ਸਮਝਦਾ ਸੀ,
ਬਹੁਤ ਵੱਡੀ ਗੱਲ ਹੈ ਜੀ। ਇਹ ਖਹਿਰਾ ਸਾਹਿਬ ਦੀ ਮਤਲਬ ਦੇਣ ਹੈ ਅਤੇ ਨਾਲ ਸਾਡੇ ਜਿਹੜੇ ਵੀ ਐੱਮ ਐੱਲ ਏ ਸੀ ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਦੇ ਜੀ ਜੀ। ਜਦੋਂ ਐੱਲ ਓ ਪੀ ਸੀ ਸੁਖਪਾਲ ਸਿੰਘ ਖਹਿਰਾ ਜੀ, ਉਦੋਂ ਜਿਹੜੇ ਵੀ ਤੁਸੀਂ ਫੈਸਲੇ ਲੈਣੇ ਹੁੰਦੇ ਸੀ ਕੇਜਰੀਵਾਲ ਦਾ ਅੜਿੱਕਾ ਵਿੱਚ ਆਉਂਦਾ ਸੀ ਕਿਤੇ ਕੋਈ ਖਾਸ, ਜਦੋਂ ਤੁਸੀਂ ਨੀਤੀਗਤ ਫੈਸਲੇ ਲੈਣੇ ਹੈ ਕੋਈ ਤੁਹਾਡੇ ਪਾਸ ਤੁਹਾਡੇ ਗਰੁੱਪ ਹੋਵੇ ਐੱਮ ਐੱਲ ਏ ਦੇ ਵਿੱਚ ਜਿਹੜਾ ਕਵੇ ਨਹੀਂ ਇੱਕ ਵਾਰੀ ਆਪਾਂ ਕੇਜਰੀਵਾਲ ਸਾਹਿਬ ਦੇ ਧਿਆਨ 'ਚ ਗੱਲ ਲਿਆ ਦੀਏ? ਨਹੀਂ, ਇਸ ਤਰ੍ਹਾਂ ਦਾ ਕੋਈ ਵੀ ਇਹੋ ਜਿਹਾ ਕਦੇ ਮੁੱਦਾ ਨਹੀਂ ਆਇਆ, ਕਿਉਂਕਿ ਮੈਂ ਤੁਹਾਡੇ ਮਾਧਿਅਮ 'ਤੇ ਬੈਠ ਕੇ ਮੈਂ ਕੋਈ ਇਹੋ ਜਿਹੀ ਝੂਠ ਨਹੀਂ ਬੋਲਾਂਗਾ, ਕਿਉਂਕਿ ਕਦੇ ਲੋੜ ਨਹੀਂ ਪਈ ਸੀ ਜੀ। ਕਿਉਂਕਿ ਜਦੋਂ ਕੋਈ ਫੈਸਲੇ ਲੈਣੇ ਹੁੰਦੇ ਸੀ ਜਾਂ ਐੱਮ ਐੱਲ ਏ ਜੀ ਨੂੰ ਟਾਈਮ ਦੇਣਾ ਹੁੰਦਾ ਸੀ, ਸਾਰਿਆਂ ਨੂੰ ਪੁੱਛ ਕੇ ਜਾਂ ਆਹ ਮੁੱਦੇ ਤੁਸੀਂ ਗੱਲ ਕਰ ਰਹੇ, ਆਹ ਮੁੱਦੇ ਤੁਸੀਂ ਗੱਲ ਕਰ ਰਹੇ, ਆਹ ਇੰਨਾ ਟਾਈਮ ਤੁਹਾਨੂੰ ਇੰਨਾ ਟਾਈਮ ਤੋਂ, ਕਦੇ ਵੀ ਕਿਤੇ ਇਹੋ ਜਿਹਾ ਕੋਈ ਕੁਛ ਨਹੀਂ ਹੋਏਗਾ ਜੀ ਜੀ। ਇਹ ਬੁਨਿਆਦੀ ਤੌਰ 'ਤੇ ਜੇ ਮੈਂ ਸਮਝਣਾ ਚਾਹਾਂ ਜੀ, ਸੁਖਪਾਲ ਸਿੰਘ ਖਹਿਰਾ ਦੀ ਅਗਵਾਈ, ਹੁਣ ਤੁਸੀਂ ਪੰਜਾਬੀ ਏਕਤਾ ਪਾਰਟੀ ਦਾ ਵੀ ਹਿੱਸਾ ਹੋ, ਔਰ ਅਰਵਿੰਦ ਕੇਜਰੀਵਾਲ ਦੀ ਪਾਰਟੀ ਕਰਨ ਪਾਰਟੀ ਦੀ ਅਗਵਾਈ ਕਰਨ ਦੀ ਸ਼ੈਲੀ 'ਚ ਫਰਕ ਕੀ ਆ ਬੁਨਿਆਦੀ ਤੌਰ 'ਤੇ ਸ਼ੈਲੀ ਦੇ ਵਿੱਚ? ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਦੋਹਾਂ ਲੀਡਰਾਂ ਨਾਲ ਕੇਜਰੀਵਾਲ ਨਾਲ ਤੁਸੀਂ ਕੰਮ ਕੀਤਾ, ਖਹਿਰਾ ਸਾਹਿਬ ਨੇ ਵੀ ਕੀਤਾ, ਦੋਨਾਂ 'ਚ ਬੁਨਿਆਦੀ ਫਰਕ ਕੀ ਹੈ ਸੁਖਪਾਲ ਖਹਿਰਾ ਅਤੇ ਕੇਜਰੀਵਾਲ 'ਚ? ਬੁਨਿਆਦੀ ਫਰਕ ਹੈ ਜੀ, ਦੇਖੋ ਜਦੋਂ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਸ ਸਮੇਂ ਮਤਲਬ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲ ਰਹੀ ਸੀ, ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਪ੍ਰਭਾਵਿਤ ਹੋ ਕੇ ਇੱਕ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਮਤਲਬ ਸਵਰਾਜ ਕਿਤਾਬ ਲਿਖੀ ਸੀ, ਉਸ ਕਿਤਾਬ ਨੂੰ ਪੜ੍ਹ ਕੇ ਐਂ ਲੱਗਾ ਸੀਗਾ ਵੀ ਅਸੀਂ ਪੰਜਾਬ ਨੂੰ ਨਹੀਂ ਇਕੱਲੇ ਭਾਰਤ ਨੂੰ ਵੀ ਅਸੀਂ ਮਤਲਬ ਕਿਤੇ ਨਾ ਕਿਤੇ ਤਬਦੀਲੀ ਦੇ ਵਿੱਚ ਲਿਆ ਸਕਦੇ ਹਾਂ, ਚੰਗਾ ਹੋ ਸਕਦਾ। ਉਸ ਨੂੰ ਸੋਚ ਕੇ ਮੈਂ ਜਿਹੜੇ ਸਰਵਿਸ ਦੇ ਵਿੱਚ ਸੀ, ਮੈਂ ਹੈੱਡ ਟੀਚਰ ਸੀ, ਸਰਕਾਰੀ ਜੋਬ ਸੀ, ਮੈਨੂੰ ਵਧੀਆ ਮਤਲਬ 60,000 ਰੁਪਏ ਦੇ ਲਗਭਗ ਮੇਰੀ ਤਨਖਾਹ ਵੀ ਸੀਗੀ, ਮੈਂ ਉਸ ਨੂੰ ਛੱਡ ਕੇ ਆਪਣੀ ਗੌਰਮੈਂਟ ਜੋਬ ਨੂੰ ਛੱਡ ਕੇ ਉਦੋਂ ਮੈਂ ਮਤਲਬ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਵੀ ਅਸੀਂ ਪੰਜਾਬ ਦੇ ਵਿੱਚ ਬਦਲਾਅ ਕਰਨਾ ਚਾਹੁੰਦੇ, ਕਿਉਂਕਿ ਪੰਜਾਬ ਦੇ ਵਿੱਚ ਜਿਵੇਂ ਨਸ਼ਿਆਂ ਦਾ ਮਤਲਬ ਪ੍ਰਕੋਪ ਬਹੁਤ ਜ਼ਿਆਦਾ ਹੈ, ਪਾਣੀਆਂ ਦਾ ਜਿਹੜਾ ਪਾਣੀ ਬਹੁਤ ਮਤਲਬ ਮਾੜਾ ਹੋ ਰਿਹਾ, ਹੋਰ ਬਹੁਤ ਸਾਰੇ ਮੁੱਦੇ ਨੂੰ ਮਤਲਬ ਐਂ ਲੱਗਦਾ ਸੀ ਵੀ ਯਾਰ ਜੇ ਅਸੀਂ ਬੇਰੁਜ਼ਗਾਰੀ ਹੈ, ਨਸ਼ੇ ਹੈ, ਮਹਿੰਗਾਈ ਹੈ, ਕਿਸਾਨਾਂ ਦੇ ਕਰਜ਼ੇ ਨੇ, ਇਹ ਸਾਰੇ ਮੁੱਦੇ ਜਿਹੜੇ ਨੇ ਇਹ ਨਿਸ਼ਚਿਤ ਤੌਰ ਦੇ ਉੱਤੇ ਪੰਜਾਬ ਦੇ ਲਈ ਬਹੁਤ ਵੱਡਾ ਸੰਕਟ ਹੈ। ਕੇਜਰੀਵਾਲ ਕਿਉਂ ਫੇਲ ਰਹੇ ਇਹਨਾਂ ਮੁੱਦਿਆਂ 'ਤੇ ਚੋਣਾਂ ਤੋਂ ਬਾਅਦ ਗੱਲ ਕਰਨ ਲਈ? ਚੋਣਾਂ ਤੋਂ ਬਾਅਦ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਦੇਖੋ, ਮੈਂ ਇਹ ਗੱਲ ਜ਼ਰੂਰ ਦੱਸਾਂਗਾ ਕਿ ਜਦੋਂ ਐੱਮ ਐੱਲ ਏ ਬਣ ਗਏ ਸਾਰੇ, ਵੀ ਐੱਮ ਐੱਲ ਏ ਬਣ ਗਏ, ਕਦੇ ਵੀ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਵਿੱਚ ਆ ਕੇ ਵੀ ਐੱਮ ਐੱਲ ਏ ਨਾਲ ਕਦੇ ਵੀ ਬੈਠਕ ਨਹੀਂ ਕੀਤੀ, ਕਦੇ ਨਹੀਂ, ਇੱਕ ਦਿਨ ਵੀ ਨਹੀਂ ਕੀਤੀ ਵੀ ਐੱਮ ਐੱਲ ਏ ਨੂੰ, ਇਕੱਠੇ ਨਹੀਂ ਬਿਠਾਇਆ। ਮਨੀਸ਼ ਸਿਸੋਦੀਆ ਜੀ ਇੱਕ ਦੋ ਵਾਰੀ ਨੇ ਆਏ ਨੇ, ਮਤਲਬ ਉਹਨਾਂ ਨੇ ਇਕੱਲੇ ਇਕੱਲੇ ਮਤਲਬ ਐੱਮ ਐੱਲ ਏ ਜੀ ਨੂੰ ਮਿਲੇ ਆ, ਦੂਜੇ ਜ਼ਿਲ੍ਹਾ ਪ੍ਰਧਾਨਾਂ ਨੂੰ ਮਿਲੇ ਆ, ਜੌਨ ਪ੍ਰਧਾਨਾਂ ਨੂੰ ਮਿਲੇ ਆ, ਕਦੇ ਵੀ ਐੱਮ ਐੱਲ ਏ ਨੂੰ ਬੈਠ ਕੇ ਸੇਧ ਨਹੀਂ ਦਿੱਤੀ ਵੀ ਆਪਾਂ ਪੰਜਾਬ ਦੇ ਵਿੱਚ ਆਹ ਕੰਮ ਕਰਨਾ ਹੈ ਅੱਗੇ। ਪਤਾ ਨਹੀਂ ਉਹਨਾਂ ਨੂੰ ਪੰਜਾਬ ਤੋਂ ਨਫ਼ਰਤ ਹੈ ਜਾਂ ਪੰਜਾਬ ਦੇ ਲੋਕਾਂ ਤੋਂ ਨਫ਼ਰਤ ਹੈ ਜਾਂ ਸਾਡੇ ਤੋਂ ਨਫ਼ਰਤ ਹੈ, ਜਾਂ ਉਹਨਾਂ ਨੂੰ ਸੱਟ ਵੱਜੀ, ਉਹ 100 ਸੀਟਾਂ ਸੋਚ ਕੇ ਬੈਠੇ ਸੀ, ਉਹਨਾਂ ਨੂੰ ਸੀਟਾਂ ਨਹੀਂ ਮਿਲੀਆਂ, ਇਸ ਗੱਲ ਦਾ ਸਦਮਾ ਲੱਗਿਆ ਕਿਤੇ? ਜਦੋਂ ਮੈਂ ਆਪਣੇ ਭਗਵੰਤ ਮਾਨ ਜੀ ਜਿੱਦਣ ਬਣਾਏ ਆ, ਜਿਸ ਦਿਨ ਦਿੱਲੀ ਦੇ ਵਿੱਚ ਪੰਜਾਬ ਦੇ ਪ੍ਰਧਾਨ ਬਣਾਏ ਨੇ, ਮੈਨੂੰ ਵੀ ਕੇਜਰੀਵਾਲ ਸਾਹਿਬ ਨੇ ਮਤਲਬ ਇਕੱਲੇ ਇਕੱਲੇ ਨੂੰ ਉੱਥੇ ਵੀ ਇਕੱਲੇ ਇਕੱਲੇ ਨੂੰ ਮਿਲੇ ਨੇ, ਮੈਂ ਇਕੱਠੇ ਇਕੱਲੇ ਇਕੱਲੇ ਨੂੰ ਮਿਲਦੇ ਰਹੇ, ਇਹ ਨਹੀਂ ਕਹਿੰਦੇ ਵੀ ਇਕੱਲੇ, ਪਰ ਇਕੱਠਿਆਂ ਨੂੰ ਇਕੱਠਿਆਂ ਨੂੰ ਮਿਲੇ। ਉੱਥੇ ਮੈਂ ਆਪਦੇ 16-17 ਮੁੱਦੇ ਜਿਹੜੇ ਲੈ ਕੇ ਗਿਆ ਸੀਗਾ ਕੇਜਰੀਵਾਲ ਸਾਹਿਬ ਨੂੰ, ਮੈਂ ਦੱਸੇ ਸੀ ਵੀ ਜੇ ਸਾਡੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣੀ ਤਾਂ ਕੁਛ ਕਾਰਨ ਹੈ, ਉਹ ਕਾਰਨ ਦੱਸ ਕੇ ਆਏ ਸੀ ਵੀ ਆਹ ਇਹਦੇ ਵਿੱਚ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ, ਤੁਸੀਂ ਇਹ ਬਾਅਦ 'ਚ ਦੇਖ ਵੀ ਲਿਓ। ਜੇ ਮੋਟੇ ਮੋਟੇ 2-4 ਕਾਰਨ ਯਾਦ ਨੇ ਤੁਹਾਨੂੰ ਤੇ ਜੇ ਦੱਸ ਸਕੋ ਤਾਂ? ਹਾਂ, ਸਭ ਤੋਂ ਜਿਹੜਾ ਮੁੱਖ ਕਾਰਨ ਜਿਹੜਾ ਸੀਗਾ ਵੀ ਇਹਨਾਂ ਨੇ ਹਰ ਹਲਕੇ ਦੇ ਵਿੱਚ ਉੱਥੋਂ ਟੀਮ ਭੇਜੀ ਹੋਈ ਸੀਗੀ ਦਿੱਲੀ ਤੋਂ, ਉਹ ਜਿਹੜੀ ਟੀਮ ਸੀਗੀ ਉਹ ਕੀ ਕਰਦੇ ਸੀਗੇ, ਹਰ ਹਲਕੇ ਦੇ ਵਿੱਚ ਉਹਨਾਂ ਨੇ 5, 7, 10 ਤੱਕ ਵੀ ਸੀਗੇ ਵੀ ਆਪਕੋ ਟਿਕਟ ਮਿਲ ਸਕਦੀ ਹੈ, ਆਪਕੋ ਟਿਕਟ ਮਿਲ ਸਕਦੀ ਹੈ, ਆਪਕੋ ਟਿਕਟ ਐਂ ਬੋਲਦੇ ਸੀ, ਦਾਅਵੇਦਾਰ ਖੜੇ ਕਰ ਲਏ, ਤਾਂ ਉਹਦੇ ਵਿੱਚ ਟਿਕਟਾਂ ਕਿਉਂ ਮਿਲਣੀ ਸੀ? ਜਦੋਂ ਇੱਕ ਨੂੰ ਟਿਕਟ ਮਿਲ ਜਾਂਦੀ ਸੀ ਤਾਂ ਫਿਰ ਜਿਹੜੇ 9 ਸੀ ਉਹ ਆਪਦਾ ਸਾਰਾ ਦਾ ਸਾਰਾ ਗਰੁੱਪ ਲੈ ਕੇ ਵਾਪਸ ਵੱਜਦੇ ਸੀ, ਸਾਨੂੰ ਦੂਜਿਆਂ ਨੇ ਨਹੀਂ ਹਰਾਇਆ, ਸਾਡੇ ਆਪਦਿਆਂ ਨੇ ਹਰਾਇਆ। ਉਦੋਂ ਜੇ
ਸਾਡੇ ਦਾਅਵੇਦਾਰ ਜਿਹੜੇ ਸੀਗੇ ਜਿਸ ਵੀ ਹਲਕੇ ਦੇ ਵਿੱਚ ਸੀ ਉੱਥੇ ਇੱਕ ਜਾਂ ਦੋ ਬੰਦੇ ਹੁੰਦੇ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ, ਨਹੀਂ ਹੋਣਾ ਨੰਬਰ ਤਾਂ ਇੱਕ ਇਹ ਹੈ। ਦੂਸਰੇ ਨੰਬਰ 'ਤੇ ਦੇਖੋ ਵੀ ਪੰਜਾਬ ਉੱਥੋਂ ਦਿੱਲੀ ਤੋਂ ਜਿਹੜੇ MLA ਜਰਨੈਲ ਸਿੰਘ ਸੀਗੇ, ਜਰਨੈਲ ਸਿੰਘ ਜੀ ਨੂੰ ਉੱਥੋਂ MLAship ਤੋਂ ਅਸਤੀਫਾ ਦਵਾ ਕੇ ਇੱਥੇ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਮੁਕਾਬਲੇ 'ਚ ਖੜਾ ਰਹੇ ਸੀਗੇ, ਤਾਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਗਈ ਵੀ ਜਿਹੜੇ ਮੁੱਖ ਮੰਤਰੀ ਦੇ ਮੁਕਾਬਲੇ ਇੱਕ ਕੈਂਡੀਡੇਟ ਆ ਰਿਹਾ ਉੱਥੋਂ ਦਿੱਲੀ ਤੋਂ ਆ ਰਿਹਾ ਅਤੇ ਪੰਜਾਬ ਦਾ ਮੁੱਖ ਮੰਤਰੀ ਇਹ ਬਣੂਗਾ, ਇਹ ਵੀ ਵੱਡਾ ਕਾਰਨ ਸੀਗਾ। ਤਾਂ ਜਦੋਂ ਵੀ ਉਹਨਾਂ ਨੇ ਸਾਨੂੰ ਸੇਧ ਦੇਣ ਦੀ ਬਜਾਏ ਸਾਨੂੰ ਉਲਟਾ ਉਲਟਾ ਦਿਸੀਗਾ, ਮੇਰੇ ਮੈਨੂੰ ਲਗਭਗ ਮੈਨੂੰ ਇੰਨਾ ਪਤਾ ਹੈ ਵੀ 111-12 ਸੀਟਾਂ ਆਮ ਆਦਮੀ ਪਾਰਟੀ ਲੜੀ ਹੈ, 5 ਸੀਟਾਂ ਇਹਨਾਂ ਨੂੰ ਦਿੱਤੀਆਂ ਸੀ ਆਪਣੇ ਨੂੰ ਬੈਂਸ ਭਰਾਵਾਂ ਨੂੰ ਦਿੱਤੀਆਂ ਸੀ, ਉਹਦੇ ਵਿੱਚੋਂ 30-35 ਸੀਟਾਂ ਜਿਹੜੀਆਂ ਗਲਤ ਦਿੱਤੀਆਂ ਸੀ। ਅਸੀਂ ਵਾਰ ਵਾਰ ਕਹਿੰਦੇ ਵੀ ਸੀ, ਮੇਰੀ ਵੀ ਟਿਕਟ ਕੱਟਦੀ ਸੀ, ਅੱਛਾ ਤੁਹਾਡੀ ਵੀ ਟਿਕਟ ਕੱਟੀ, ਮੇਰੀ ਵੀ ਟਿਕਟ ਜਿਹੜੀ ਕੱਟਤੀ ਸੀ, ਮੇਰੀ ਪਹਿਲੀ ਲਿਸਟ ਦੇ ਵਿੱਚ ਨਾਂ ਸੀਗਾ ਮਾਸਟਰ ਬਲਦੇਵ ਸਿੰਘ ਦਾ। ਜਦੋਂ ਕਿਤੇ ਉੱਪਰਲੇ ਲੈਵਲ 'ਤੇ ਉੱਪਰਲੀ ਲੀਡਰਸ਼ਿਪ ਕਿਤੇ ਗੱਲ ਕਰਦੀ ਸੀ ਤਾਂ ਜੈਤੋ ਹਲਕੇ ਨੂੰ ਕਹਿੰਦੇ ਸੀ ਸਭ ਤੋਂ ਵੱਧ ਜਿਹੜਾ ਵਧੀਆ ਜੈਤੋ ਹਲਕਾ ਹੈ, ਔਰ ਉੱਥੋਂ ਸਾਡਾ ਕੈਂਡੀਡੇਟ ਜਿੱਤੇ ਜਿੱਤਿਆ ਹੋਇਆ ਮਾਸਟਰ ਬਲਦੇਵ ਸਿੰਘ ਤੋਂ ਜਿੱਤੇ ਜਿੱਤਿਆ। ਜਿਸ ਦਿਨ ਇਹਨਾਂ ਨੇ ਪਹਿਲੀ ਲਿਸਟ ਕੱਢੀ ਮੇਰੇ ਉਸ ਨਾਂ ਨੂੰ ਕੱਟ ਕੇ ਉੱਤੇ ਇੱਕ ਹੋਰ ਬੰਦੇ ਦੀ ਮਤਲਬ ਪਾਤੀ, ਜਿਹੜੇ ਕਾਂਗਰਸ 'ਚ 3 ਮਹੀਨੇ ਪਹਿਲਾਂ ਆਏ ਸੀ ਉਹਦਾ ਨਾਂ ਪਾਤਾ, ਅਤੇ ਇੱਕ ਮੇਰੇ ਵਾਲੀ ਸੀਟ ਤੋਂ ਅਤੇ ਇੱਕ ਦੂਸਰੀ ਸੀਟ ਤੋਂ ਸੁੱਚਾ ਸਿੰਘ ਛੋਟੇਪੁਰ ਜੀ ਉੱਥੋਂ ਵਾਕਆਊਟ ਕੀਤਾ ਸੀ ਵੀ ਮੈਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਜੇ ਮਾਸਟਰ ਵਰਗੇ ਇਮਾਨਦਾਰ ਅਤੇ ਸਰੀਫ ਬੰਦੇ ਦੀ ਟਿਕਟ ਕੱਟਦੇ ਹੋ ਤਾਂ ਫਿਰ ਸਾਡੇ ਪੱਲੇ ਕੁਛ ਰਹਿ ਹੀ ਨਹੀਂ ਗਿਆ। ਜੀ ਜੀ ਚਲੋ, ਸੁੱਚਾ ਸਿੰਘ ਛੋਟੇਪੁਰ ਉਹਨਾਂ ਨੇ ਸਟੈਂਡ ਲਿਆ ਉਸ ਵੇਲੇ ਤੁਹਾਡੇ ਲਈ ਜਿਵੇਂ ਤੁਸੀਂ ਜ਼ਿਕਰ ਕੀਤਾ, ਹੁਣ ਜਦੋਂ ਸੁਖਪਾਲ ਖਹਿਰਾ ਦੇ ਸਾਥੀ ਬਣ ਗਏ ਹੋ ਤੁਸੀਂ ਜੀ, ਹੋਰ ਕਿੰਨੇ ਕੁ ਵਿਧਾਇਕ ਮੁੱਢਲੀ ਮੈਂਬਰਸ਼ਿਪ ਤਿਆਗ ਕੇ ਸ਼ੁੱਧ ਰੂਪ 'ਚ ਪੰਜਾਬੀ ਏਕਤਾ ਪਾਰਟੀ ਦਾ ਹਿੱਸਾ ਬਣਨਗੇ, ਕਦੋਂ ਕੁ ਬਣਨਗੇ, ਸੋਚ ਰਹੇ ਨੇ, ਯਤਨ ਲੜਾ ਰਹੇ ਨੇ, ਕਾਨੂੰਨੀ ਸਲਾਹ ਲੈ ਰਹੇ ਨੇ? ਸਟ੍ਰੈਟਜੀ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ, ਸਾਡੇ ਜਿਹੜੇ ਸੱਤੇ ਅਸੀਂ ਇਕੱਠੇ ਹਾਂ, ਅੱਜ ਵੀ ਇਕੱਠੇ ਹਾਂ, ਸੱਤੇ ਇਕੱਠੇ ਹੋ ਬਿਲਕੁਲ, ਕਿਉਂਕਿ ਮੈਂ ਅੱਜ ਬਿਆਨ ਸੁਣਿਆ ਜੀ, ਭਗਵੰਤ ਮਾਨ ਉਹਨਾਂ ਦਾ ਵੀ ਬਿਆਨ ਹੈ, ਚੀਮਾ ਉਹਨਾਂ ਦਾ ਵੀ ਬਿਆਨ ਹੈ, ਉਹ ਕਹਿੰਦੇ ਸੁਖਪਾਲ ਖਹਿਰਾ ਦੇ ਨਾਲ ਜਿਹੜੇ ਕਈ ਵਿਧਾਇਕ ਸੀ ਉਹ ਹੁਣ ਸਾਡੇ ਸੰਪਰਕ 'ਚ ਹੈ, ਉਹ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਜਾਂ ਰਾਜਨੀਤੀ 'ਚ ਪੱਤਾ ਖੇਡ ਰਹੇ ਨੇ? ਪੱਤਾ ਖੇਡ ਰਹੇ ਨੇ ਉਹ 'ਚ ਪੱਤੇ ਦੇ ਖੇਡਣ ਦੇ ਮੈਂ ਤੁਹਾਨੂੰ ਦੱਸਦਾ ਜੀ, ਅਤੇ ਮੇਰੇ ਵੀ ਜਿਸ ਦਿਨ ਆਪਣੇ ਸੁਖਪਾਲ ਖਹਿਰਾ ਜੀ ਨੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਅਤੇ ਦੂਜੇ ਦਿਨ ਹੀ ਮੇਰੇ ਮਗਰ ਚੱਲ ਪਏ ਸੀਗੇ ਕੁਛ ਬੰਦੇ, ਬੀਬੀ ਸਰਬਜੀਤ ਮਣਕੁਲੀ ਵੀ ਕਾਫੀ ਫੋਨ ਕੀਤੇ, ਹੋਰ ਵੀ ਉਹਨਾਂ ਨੇ ਭੱਜ ਨੱਠ ਕਾਫੀ ਬੰਦੇ ਭਰੇ, ਕੱਲ੍ਹ ਵੀ ਮੇਰੇ ਕੋਲ ਇੱਕ ਪੰਜਾਬ ਸਟੇਟ ਲੈਵਲ ਦਾ ਬੰਦਾ ਸੀ, ਕੋਈ ਨਾਂ ਨਹੀਂ ਲੈ ਮੈਂ ਕਿਉਂਕਿ ਕਈ ਵਾਰੀ ਮੇਰੇ ਯਾਰ ਮਿੱਤਰ ਨਾਮ ਨਾ ਲਓ, ਕੋਈ ਗੱਲ ਨਹੀਂ, ਮੇਰੇ ਯਾਰ ਮਿੱਤਰ ਵੀ ਹੋ ਸਕਦੇ ਨੇ, ਉਹਨੇ ਵੀ ਮੇਰੇ ਨਾਲ ਘੰਟਾ ਡੇਢ ਘੰਟਾ ਗੱਲ ਕੀਤੀ, ਜਿੰਨੀਆਂ ਮੈਂ ਗੱਲਾਂ ਉਹਨੂੰ ਪੁੱਛੀਆਂ ਸਾਰੀਆਂ ਦੇ ਵਿੱਚ ਉਹਨਾਂ ਨੇ ਕਿਹਾ ਮਾਸਟਰ ਬਲਦੇਵ ਸਿੰਘ ਜੀ ਇੱਥੇ ਤੁਸੀਂ ਸਹੀ ਹੋ ਅਤੇ ਇੱਥੇ ਪਾਰਟੀ ਗਲਤ ਹੈ, ਪਾਰਟੀ ਮਤਲਬ ਆਮ ਆਦਮੀ ਪਾਰਟੀ ਗਲਤ ਹੈ। ਹਾਂਜੀ ਜੀ, ਉਹਨਾਂ ਨੇ ਮੰਨਿਆ ਇਸ ਗੱਲ ਨੂੰ, ਪਰ ਮੈਂ ਉਹਨਾਂ ਨੂੰ ਇਹੀ ਗੱਲ ਸਮਝਾਈ ਸੀ, ਮੈਂ ਕਿਹਾ ਸਾਡਾ ਕੋਈ ਨਿੱਜੀ ਮੁਫਾਦ ਨਹੀਂ ਗਾ ਵੀ ਇਹ ਸਾਡੇ ਕੋਲ ਨਿੱਜੀ ਮੁਫਾਦ ਕਰਕੇ ਇਹੀ ਚੱਲਦੇ ਹਾਂ, ਸਾਡਾ ਪੰਜਾਬ ਨਾਲ ਮਸਲਾ ਹੈ, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਅਸੀਂ ਚੱਲੇ ਹੋਏ ਹਾਂ, ਜੇ ਸਾਡੇ ਪੰਜਾਬ ਦੇ ਲੋਕਾਂ ਨਾਲ ਧੱਕਾ ਹੋਵੇਗਾ ਤਾਂ ਸਾਨੂੰ ਫਿਰ ਇਹੋ ਜਿਹੀ MLAship ਤਾਂ ਵੀ ਅਸੀਂ ਕੀ ਕਰਨਾ ਜੀ, ਅਤੇ ਜੇ ਮੈਂਬਰੀ ਖਾਰਜ ਹੋ ਗਏ ਤਾਂ ਕੋਈ ਦਿਮਾਗ 'ਤੇ ਬੋਝ ਤਾਂ ਨਹੀਂ? ਕੋਈ ਬੋਝ ਨਹੀਂ, ਪਹਿਲਾਂ ਵੀ ਕਦੇ ਬੋਝ ਨਹੀਂ ਰੱਖਿਆ ਕਿਉਂਕਿ ਮੈਂ ਉਦੋਂ ਵੀ ਮੈਨੂੰ 60,000 ਦੇ ਲਗਭਗ ਮੈਨੂੰ ਤਨਖਾਹ ਮਿਲਦੀ ਸੀ, ਜੇ ਮੈਂਬਰੀ ਖਤਮ ਹੋ ਜਾਵੇ ਫਿਰ ਕੀ ਹੈ? ਪਹਿਲਾਂ ਸਾਡੇ ਦਾਦੇ ਪੜਦਾਦੇ ਮੈਂ ਇਹ ਰਿਹਾ ਵੀ ਅੱਜ ਤੁਹਾਨੂੰ ਕਹਿ ਰਿਹਾ ਹਾਂ, ਮੈਂ ਜਿੱਥੇ ਵੀ ਗਿਆ ਉੱਥੇ ਬੋਲਦਾ ਰਿਹਾ, ਮੈਂ ਹਰ ਪਿੰਡ ਦੇ ਵਿੱਚ ਮੈਂ ਬੋਲਿਆ ਹੋਇਆ ਵੀ ਮੈਂ ਇੱਕ ਮਜ਼ਦੂਰ ਦਾ ਬੇਟਾ, ਮਜ਼ਦੂਰੀ ਕਰਕੇ ਆਇਆ ਇੱਥੇ ਤੱਕ ਆਇਆ, ਸਾਡੇ ਕੋਲ ਦਾਦੇ ਪੜਦਾਦੇ ਪਹਿਲਾਂ MLA ਸੀਗੇ ਜਿੱਤ ਗਏ, ਸਾਨੂੰ ਤਾਂ ਮਹਿਸੂਸ ਹੀ ਨਹੀਂ ਗਏ ਅੱਜ ਤੱਕ ਮਾਸਟਰ ਬਲਦੇਵ ਸਿੰਘ ਨੇ ਕਦੇ ਆਪਣੇ ਆਪ ਨੂੰ MLA ਨਹੀਂ ਸਮਝਿਆ ਹੈਗਾ, ਜਿਵੇਂ ਪਹਿਲਾਂ ਮੈਂ ਵਿਚਰਦਾ ਸੀ ਲੋਕ ਕੋਈ ਵੀ ਇੱਕ ਬੰਦਾ ਇਹ ਕਹਿੰਦਾ ਵੀ ਮਾਸਟਰ ਤਾਂ ਅੱਗੇ ਲੋ ਯਾਰ ਤੇਰਾ ਫਰਕ ਲੱਗਦਾ, ਹੁਣ ਇਹ ਜ਼ਰੂਰ ਹੈ ਵੀ ਜਿਹੜੀ ਹੁਣ ਸਰਕਾਰੀ ਗੱਡੀ ਮਿਲੀ ਉਹ 'ਚ ਜ਼ਰੂਰ ਬਹਿ ਜਾਈਦਾ, ਕਈ ਵਾਰੀ ਮੈਂ ਬੱਸ 'ਤੇ ਵੀ ਚੱਲ ਜਾਂਦਾ ਉੱਥੇ ਆਪਣੇ ਚੰਡੀਗੜ੍ਹ, ਹੁਣ ਵੀ ਚਲੇ ਜਾਂਦੇ ਹੋ ਬੱਸ 'ਤੇ? ਬਿਲਕੁਲ ਜੀ ਬਿਲਕੁਲ। ਚਲੋ, ਹੁਣ ਸੁਖਪਾਲ ਖਹਿਰਾ ਉਹਨਾਂ ਨਾਲ ਅਗਲੀ ਪੰਜਾਬੀ ਏਕਤਾ ਪਾਰਟੀ ਦੀ ਜਿਹੜੀ ਲੜਾਈ ਹੈ ਉਹ ਕਿਸ ਦਿਸ਼ਾ 'ਚ ਅੱਗੇ ਵਧਾਉਣੀ ਹੈ, ਕੀ ਟਾਰਗੇਟ ਹੈ ਤੁਹਾਡਾ? ਦੇਖੋ, ਅਸੀਂ ਨਾ 15 ਸੂਤਰੀ ਪ੍ਰੋਗਰਾਮ ਦਿੱਤਾ ਹੈ,
ਉਹਦੇ ਵਿੱਚ ਅਸੀਂ ਲੋਕਾਂ ਨਾਲ ਜਿਸ ਦਿਨ ਪਾਰਟੀ ਬਣਾਈ ਹੈ ਖਹਿਰਾ ਸਾਹਿਬ ਨੇ, ਉਦੋਂ ਮੈਂ ਸਟੇਜ 'ਤੇ ਨਹੀਂ ਬੈਠਾ ਸੀ ਜੀ। ਅਸੀਂ ਲੋਕਾਂ ਨਾਲ ਇਹ ਵਾਅਦਾ ਕੀਤਾ ਹੈ ਵੀ ਦੂਸਰੀਆਂ ਪਾਰਟੀਆਂ ਜਿਹੜੀਆਂ ਚੋਣ ਮੈਨੀਫੈਸਟੋ ਲੈ ਕੇ ਆਉਂਦੀਆਂ, ਮੈਂ ਤੁਹਾਡੇ ਰਾਹੀਂ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਕਾਂਗਰਸ ਹੋਵੇ, ਅਕਾਲੀ ਹੋਵੇ, ਭਾਰਤੀ ਜਨਤਾ ਪਾਰਟੀ ਹੋਵੇ, ਉਹ ਜੋ ਚੋਣ ਮੈਨੀਫੈਸਟੋ ਲਿਖਦੀਆਂ ਅਤੇ ਜੇ ਉਹਨਾਂ ਦਾ ਉੱਪਰਲਾ ਪੇਜ ਪੜ੍ਹਦੀ ਹੈ ਨਾ ਜਿਹੜਾ ਚੋਣ ਮੈਨੀਫੈਸਟੋ ਵਾਲਾ, ਅਤੇ ਥੱਲੇ ਪੇਜ ਦੀ ਵਿੱਚ ਵੇਖਦੀ ਹੈ, ਉਹ ਸਾਰਾ ਇੱਕੋ ਹੀ ਹੁੰਦਾ ਜੀ, ਸਾਰਾ ਇੱਕੋ, ਸਾਰਿਆਂ ਦਾ ਇੱਕੋ। ਐਂ ਨਹੀਂ ਪਤਾ ਲੱਗਣਾ ਵੀ ਭਾਰਤੀ ਜਨਤਾ ਪਾਰਟੀ ਦਾ ਇਹ ਕਾਂਗਰਸ ਦਾ ਕੋਈ ਦੱਸ ਨਹੀਂ ਸਕਦਾ, ਪਰ ਪੰਜਾਬੀ ਏਕਤਾ ਪਾਰਟੀ ਜਿਹੜੀ ਹੈ ਉਹ ਇੱਕ ਨਵਾਂ ਮਤਲਬ ਜਿਹੜਾ ਲੋਕਾਂ ਨੂੰ ਜਵਾਬਦੇਹ ਹੋਣ ਚੱਲੀ ਹੈ, ਉਹਦੇ ਵਿੱਚ ਬਕਾਇਦਾ ਸੰਵਿਧਾਨਕ ਤੌਰ 'ਤੇ ਅਸੀਂ ਲਿਖ ਕੇ ਦੇਵਾਂਗੇ, ਐਫੀਡੇਵਿਟ ਲਿਖ ਕੇ ਦੇਵਾਂਗੇ ਭਾਰਤ ਦੇ ਚੋਣ ਕਮਿਸ਼ਨ ਨੂੰ, ਰਾਸ਼ਟਰਪਤੀ ਨੂੰ, ਵੀ ਜੇ ਅਸੀਂ ਚੋਣ ਮੈਨੀਫੈਸਟੋ ਜਿਹੜਾ ਲੋਕਾਂ ਨੂੰ ਦੇਵਾਂਗੇ ਜੇ ਅਸੀਂ ਪੂਰਾ ਨਾ ਕਰ ਸਕੇ, ਜੇ ਅਸੀਂ ਉਹ ਪੂਰਾ 2 ਜਾਂ 2.5 ਸਾਲਾਂ ਦੇ ਵਿੱਚ ਪੂਰਾ, ਇਹਦੇ ਵੀ 5 ਸਾਲ ਇਹਨਾਂ ਨੂੰ ਕਹੂੰਗਾ ਵੀ 5 ਸਾਲ ਹੀ 5 ਸਾਲਾਂ 'ਚ ਕਰਨਾ, ਵੱਧ ਤੋਂ ਵੱਧ ਅਸੀਂ 3 ਸਾਲ ਲਵਾਂਗੇ, 3 ਸਾਲਾਂ ਦੇ ਵਿੱਚ ਅਸੀਂ ਫਰਜ਼ ਕਰੋ ਵੀ ਉਹ ਚੋਣ ਮੈਨੀਫੈਸਟੋ ਲਾਗੂ ਨਹੀਂ ਕਰਦੇ ਤਾਂ ਸਾਡੀ ਜਿਹੜੀ ਹੈ ਮਾਨਤਾ ਪ੍ਰਾਪਤ ਮਤਲਬ ਉਹ ਕਰ ਸਕਦੇ ਆ, ਇਲੈਕਸ਼ਨ ਕਮਿਸ਼ਨ ਤੁਹਾਡੀ ਮਾਨਤਾ ਖਾਰਜ ਕਰ ਸਕਦੇ, ਇਹ ਜ਼ਰੂਰਤ ਹੈ। ਬਿਲਕੁਲ, ਜਿਹੜਾ ਇਲੈਕਸ਼ਨ ਚੋਣ ਘੋਸ਼ਣਾ ਪੱਤਰ ਹੈ, ਜਿਵੇਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਾਰਿਆਂ ਦੇ ਕਰਜ਼ੇ ਮਾਫ਼ ਕਰਾਂਗੇ, ਸੁਖਬੀਰ ਬਾਦਲ ਉਹਨਾਂ ਨੇ ਵੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ, ਹਾਲਾਂਕਿ ਜਿਹੜਾ ਚੋਣ ਘੋਸ਼ਣਾ ਪੱਤਰ ਹੈ ਉਹ ਆਮ ਆਦਮੀ ਪਾਰਟੀ ਦਾ ਵੀ ਸੀਗਾ ਕਿ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ਼ ਕਰ ਦਿਆਂਗੇ। ਜੀ ਜੀ, ਇਹ ਸੰਭਵ ਸੀ ਜਦੋਂ ਤੁਸੀਂ ਆਪ 'ਚ ਵੀ ਸੀ ਉਦੋਂ ਚੋਣ ਘੋਸ਼ਣਾ ਪੱਤਰ ਬਣਾਉਣ 'ਚ ਤੁਹਾਡੇ ਵਿਧਾਇਕਾਂ ਦੀ ਕਿਸੇ ਦੀ ਕੋਈ ਸਲਾਹ ਮਸ਼ਵਰਾ ਸੀਗਾ ਜਾਂ ਇਹ ਵੀ ਕੇਜਰੀਵਾਲ ਸਾਹਿਬ ਦੀ ਟੀਮ ਨੇ ਬਣਾਤਾ ਸੀ? ਹਾਂਜੀ, ਮੈਂ ਇਸ ਵਾਰ ਵੀ ਕਾਫ਼ੀ ਸੰਸੀਅਰ ਹੋ ਕੇ ਮਤਲਬ ਅਸੀਂ ਗੱਲਬਾਤ ਚੱਲਦੀ ਰਹੀ ਹੈ, ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਵਾਅਦਾ ਕੀਤਾ ਸੀ ਅਸੀਂ ਉਸ ਵਾਅਦੇ ਨੂੰ ਨਿਭਾ ਸਕਦੇ ਸੀ। ਕਿਉਂ? ਕਿਉਂਕਿ ਜਿਹੜੀ ਕਰਪਸ਼ਨ ਹੈ ਉਹ ਜਿਹੜੀ ਬੰਦ ਹੋ ਸਕਦੀ ਹੈ ਜੀ। ਕਰਪਸ਼ਨ ਬਹੁਤੇ ਲੋਕ ਇਹ ਸੋਚਦੇ ਹੈ, ਬਹੁਤੇ ਵੋਟਰ ਇਹ ਸੋਚਦੇ ਹੈ ਵੀ ਕਰਪਸ਼ਨ ਕਦੇ ਬੰਦ ਨਹੀਂ ਹੋ ਸਕਦੀ, ਹੋ ਕੇ ਨਹੀਂ ਸਕਦੀ। ਮੈਂ ਇੱਕ ਉਦਾਹਰਨ ਦੇਣਾ ਚਾਹਾਂਗਾ ਕਿ ਪੱਛਮੀ ਬੰਗਾਲ ਦੇ ਵਿੱਚ ਜੋਤੀ ਬਾਸੂ ਜੀ ਨੇ ਰਾਜ ਕੀਤਾ ਜਦੋਂ ਪਹਿਲੀ ਵਾਰ 20 ਸਾਲ ਰਹੇ, ਹਾਂ 20 ਸਾਲ ਹੋਰ ਰਹੇ ਨੇ, ਅਤੇ ਮਤਲਬ 34 ਸਾਲ ਉਹਨਾਂ ਨੇ ਮਤਲਬ ਰਾਜ ਕੀਤਾ, ਦੂਸਰੇ ਇੱਕ ਭੱਟਾਚਾਰੀਆਂ ਉਹਨਾਂ ਨੇ ਕੀਤਾ, 34 ਸਾਲ ਰਹੇ। ਤਾਂ ਉਹਨਾਂ ਨੇ ਜੋਤੀ ਬਾਸੂ ਜੀ ਨੇ ਕਿਹਾ ਹੋਇਆ ਸੀ ਆਪਣੇ MLA ਜੀ ਨੂੰ ਬੁਲਾ ਕੇ ਵੀ ਸਾਥੀਓ ਆਪਾਂ ਲੰਬਾ ਸਮਾਂ ਕੰਮ ਕਰਨਾ ਹੈ ਕਿ ਥੋੜ੍ਹਾ ਸਮਾਂ ਕੰਮ ਕਰਨਾ ਹੈ, ਤਾਂ ਉਹਨਾਂ ਨੇ ਸਾਰਿਆਂ ਨੇ ਕਿਹਾ ਲੰਬਾ ਸਮਾਂ, ਉਹ ਕਹਿੰਦੇ ਵੀ ਅੱਜ ਤੋਂ ਬਾਅਦ ਕਰਪਸ਼ਨ ਬੰਦ ਹੈ, ਤੁਸੀਂ ਕਿਸੇ ਤੋਂ ਕਰਪਸ਼ਨ ਲੈਣੀ ਹੋਈ ਨਹੀਂ, ਕਿਸੇ ਡੀਸੀ ਤੋਂ ਵੀ ਕਰਪਸ਼ਨ ਲੈਣੀ, ਤੁਸੀਂ ਕਿਸੇ SSP ਤੋਂ ਕਰਪਸ਼ਨ ਨਹੀਂ ਲੈਣੀ, ਅੱਜ ਤੋਂ ਬਾਅਦ ਜਿਹੜਾ ਇਮਾਨਦਾਰੀ ਨਾਲ ਤੁਸੀਂ ਕੰਮ ਕਰਨਾ ਹੈ। ਤਾਂ ਉਹਨਾਂ ਨੇ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਇਆ MLA ਅਤੇ ਮੰਤਰੀਆਂ ਨੇ, ਨਾ ਜੇ ਉੱਪਰੀ ਸਰਕਾਰ ਹੈ ਜਾਂ ਮੰਤਰੀ ਨੇ ਜਾਂ ਵਿਧਾਇਕ ਨੇ, ਉਹ ਜੇ ਥੱਲੇ ਤੋਂ ਕਿਸੇ ਤੋਂ ਪੈਸਾ ਮੰਗਣਗੇ ਨਹੀਂ ਤਾਂ ਉਹਨਾਂ ਦੀ ਹਿੰਮਤ ਨਹੀਂ SSP ਦੀ, ਹਿੰਮਤ ਨਹੀਂ। ਜੇ ਉਹ 20 ਲੱਖ ਕਹਿੰਦੇ ਵੀ ਸਾਨੂੰ 20 ਲੱਖ ਮਹੀਨੇ ਦਾ ਆਉਣਾ ਚਾਹੀਦਾ ਅਤੇ ਉਹ 40 ਲੱਖ ਬਣਾਉਂਦੇ ਨੇ ਜੀ, ਅਤੇ ਜੇ ਉਹਨਾਂ ਨੂੰ ਕਹਿਤਾ ਵੀ ਭਾਈ ਇਸ ਤੋਂ ਬਾਅਦ ਨਾ ਲੈਣਾ ਅਤੇ ਨਾ ਲੈਣਾ ਦੇਣਾ, ਬੰਦ ਹੋ ਸਕਦੀ ਹੈ ਜੀ। ਚਲੋ, 2-3 ਵੱਡੇ ਸਵਾਲਾਂ ਦੇ ਨਾਲ ਮੈਂ ਇਸ ਵਕਤ ਤੁਹਾਡੇ ਤੋਂ ਥੋੜ੍ਹੀ ਰਾਏ ਲੈਣਾ ਚਾਹੂੰਗਾ ਜੀ। ਮਾਸਟਰ ਬਲਦੇਵ ਸਿੰਘ ਆਪਣੇ ਆਪ ਨੂੰ ਕਿੱਥੇ ਦੇਖਦੇ ਨੇ ਜਦੋਂ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਆਉਂਦੀ ਹੈ? ਮਨ 'ਚ, ਜ਼ਹਿਨ 'ਚ ਇਹ ਸਵਾਲ ਉੱਠਦਾ ਹੈ ਕਿ ਮੈਂ ਚੋਣ ਲੜਾਂ, ਵਿਧਾਇਕ ਬਣ ਕੇ ਜੋ ਕੁਝ ਮੈਂ ਕਰ ਸਕਦਾ ਸੀ ਕਿੰਨਾ ਕੁ ਤੁਸੀਂ ਕੀਤਾ ਉਹ ਵੀ ਤੁਸੀਂ ਦੱਸੋ, ਅਤੇ ਕੀ ਲੋਕ ਸਭਾ ਚੋਣ ਨੂੰ ਲੈ ਕੇ ਤੁਹਾਡੇ ਮਨ 'ਚ ਵਲਵਲਾ ਉੱਠਦਾ ਕਿ ਮੈਂ ਲੋਕ ਸਭਾ ਦੀ ਫਰੀਦਕੋਟ ਦੀ ਚੋਣ ਲੜਾਂ ਤਾਂ ਕਿ ਇੱਥੋਂ ਦੇ ਲੋਕਾਂ ਲਈ ਮੈਂ ਇਨਸਾਫ਼ ਦੀ ਲੜਾਈ ਲੜਾਂ? ਦੇਖੋ ਜੀ, ਬਹੁਤ ਸਾਰੇ ਜਿਹੜੇ ਸਵਾਲ ਨੇ, ਜਿਵੇਂ ਤੁਸੀਂ ਪੁੱਛਿਆ ਵੀ ਤੁਸੀਂ ਹੁਣ ਤੱਕ ਕੀ ਕੀਤਾ ਹੈ, MLA ਜਿੰਨੇ ਵੀ ਹੈਗੇ ਆ, ਚਾਹੇ ਕਾਂਗਰਸ ਦਾ, ਚਾਹੇ ਕੋਈ ਅਕਾਲੀਆਂ ਦਾ, ਚਾਹੇ ਕੋਈ ਆਮ ਆਦਮੀ ਪਾਰਟੀ ਦਾ, ਚਾਹੇ ਭਾਰਤੀ ਜਨਤਾ ਪਾਰਟੀ ਦਾ, ਕਿਸੇ ਵੀ MLA ਕੋਲ ਜਿਹੜਾ ਆਪਣੇ ਹਲਕੇ ਦੇ ਵਿਕਾਸ ਵਾਸਤੇ ਕੋਈ ਫੰਡ ਨਹੀਂ ਗਾ ਜੀ। ਅਸੀਂ ਡਿਮਾਂਡ ਕੀਤੀ ਸੀ ਵੀ ਸਗੋਂ ਵੀ ਸਾਨੂੰ 3 ਕਰੋੜ ਰੁਪਈਆ ਜਿਹੜਾ ਹਲਕੇ ਦਾ ਹੋਣਾ ਚਾਹੀਦਾ, ਉਹ ਅਸੀਂ ਵਿਕਾਸ ਦੇ ਪਾਸੇ ਤਾਂ ਕੁਛ ਨਹੀਂ ਕਰ ਸਕਦੇ, ਪਰ
ਮੈਂ ਵਿਧਾਨ ਸਭਾ ਦੇ ਵਿੱਚ ਲਗਭਗ 125-30 ਜਿਹੜੇ ਸਵਾਲ ਪਾਏ ਨੇ, ਆਪਦੇ ਹਲਕੇ ਦੇ ਵੀ ਪਾਏ ਆ, ਨਾਲ ਗੁਆਂਢੀ ਜਿਹੜੇ ਹਲਕੇ ਉਹਨਾਂ ਦੇ ਵੀ ਪਾਏ ਆ ਔਰ ਮੁਲਾਜ਼ਮਾਂ ਦੇ ਪਾਏ ਆ। 125 ਸਵਾਲਾਂ ਦੇ ਵਿੱਚੋਂ ਮੈਂ ਇਹ ਸੋਚਦਾ ਵੀ ਇਦੋਂ ਪਹਿਲਾਂ ਮੇਰਾ ਜਿਹੜਾ 10 ਸਾਲ ਕਾਂਗਰਸ ਦਾ MLA ਰਿਹਾ ਉੱਥੇ, ਉਹਨੇ 10 ਸਾਲਾਂ ਦੇ ਵਿੱਚ ਇੰਨੇ ਸਵਾਲ ਨਹੀਂ ਪਾਏ ਹੋਣੇ ਜਿੰਨੇ ਮੈਂ ਮਹਾਰਾਸ਼ਟਰ ਪ੍ਰਦੇਸ਼ ਨੇ 1.5 ਸਾਲ ਵਿੱਚ ਪਾਏ। ਇਹ ਸਵਾਲਾਂ ਦਾ ਜਵਾਬ ਵਿਧਾਨ ਸਭਾ ਦਾ ਪ੍ਰੋਸੈਸ ਤੁਹਾਨੂੰ ਲੈ ਕੇ ਦਿੰਦਾ, ਸਵਾਲਾਂ ਦੇ ਜਵਾਬ ਮਿਲ ਜਾਂਦੇ ਆ, ਉਹ ਤਸੱਲੀਪੂਰਨ ਹੁੰਦੇ ਆ ਜਾਂ ਉਹ ਵੀ ਲੋਲੀਪੋਪ ਹੀ ਹੁੰਦੇ ਆ? ਮੈਂ ਇਹ ਇਸ ਗੱਲ ਤੋਂ ਹੀ ਮੈਂ ਨਫ਼ਰਤ ਕਰਦਾ ਇਸ ਗੱਲ ਤੋਂ। ਮੈਂ ਹੁਣ ਵੀ ਸਾਡੀਆਂ ਜਿਹੜੇ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਮੀਟਿੰਗਾਂ ਚੱਲਦੀਆਂ, ਕਮੇਟੀਆਂ ਬਣੀਆਂ ਹੋਈਆਂ, ਮੇਰੀ ਉਹਨਾਂ ਵੀਰਾਂ ਨਾਲ ਜਿਹੜੇ ਮੇਰੇ ਨਾਲ MLA ਕਾਂਗਰਸ ਦੇ ਵੀ ਹੁੰਦੇ ਆ, ਅਕਾਲੀ ਵੀ ਹੁੰਦੇ ਆ, ਦੂਸਰੇ ਵੀ ਹੁੰਦੇ ਆ। ਇਹ ਹੁਣ ਪਿੱਛੇ ਪਿੱਛੇ ਇੱਕ ਮੁੱਦਾ ਆਇਆ, ਮੈਂ ਕੁਐਸਚਨ ਰੈਫਰੈਂਸ ਕਮੇਟੀ ਦੇ ਵਿੱਚ ਆਇਆ, ਇੱਕ ਸਕੂਲਾਂ ਦਾ ਮੁੱਦਾ ਆਇਆ ਜੀ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ। ਉੱਥੇ ਜਦੋਂ ਗੱਲ ਚੱਲੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਾਂ ਕਹੀ ਜਾਂਦੇ ਹੋ, ਉਹ ਜਿਹੜਾ ਪੜ੍ਹੋ ਪੰਜਾਬ ਅਤੇ ਪੜ੍ਹਾਓ ਪੰਜਾਬ ਹੈ, ਉੱਥੇ ਹੁਣ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਤੋਂ ਲੈ ਕੇ ਜਾਂ ਮਿਡਲ ਸਕੂਲਾਂ ਦੇ ਵਿੱਚ 2 ਸਿਲੇਬਸ ਚੱਲਦੇ ਆ। ਜਿਹੜੇ ਸਕੱਤਰ ਨੇ ਉਹ ਤਾਂ ਕਹਿੰਦੇ ਵੀ ਆਹ ਜਿਹੜਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਾਲਾ, ਇਹ ਜਿਹੜਾ ਥੋੜ੍ਹਾ ਇਹ ਟਾਰਗੇਟ ਪੂਰੇ ਹੋਣੇ ਚਾਹੀਦੇ ਆ। ਟੀਚਰ ਉੱਥੇ ਉਹ ਟਾਰਗੇਟ ਪੂਰੇ ਕਰਨ 'ਤੇ ਲੱਗੇ ਰਹਿੰਦੇ ਆ। ਬੱਚੇ ਵਿਚਾਰੇ ਗਰੀਬ ਘਰਾਂ ਦੇ ਨੇ, ਉਹਨਾਂ ਕੋਲ ਇੰਨਾ ਮਤਲਬ ਇਹ ਤਾਂ ਹਜੇ ਵੀ ਕੋਈ ਟਿਊਸ਼ਨ ਪੜ੍ਹ ਲਓ ਜਾਂ ਦੂਸਰਾ ਪੜ੍ਹ ਲਓ, ਜਦੋਂ ਫਾਈਨਲ ਪੇਪਰ ਹੁੰਦੇ ਆ ਉਹ ਸਿਲੇਬਸ 'ਚੋਂ ਆਉਂਦੇ ਆ। ਮੈਂ ਉਹਨਾਂ ਨੂੰ ਕਿਹਾ ਸੀ ਵੀ ਚਲੋ ਆਪਾਂ ਸਕੂਲਾਂ ਦੇ ਵਿੱਚ ਚੱਲ ਕੇ ਤੁਹਾਨੂੰ ਮੈਂ ਦਿਖਾਵਾਂ, ਕਿਉਂਕਿ ਮੈਂ ਖੁਦ ਟੀਚਰ ਹਾਂ, ਮੈਨੂੰ ਪਤਾ ਹੈ। ਮੈਂ ਕਿਹਾ ਵੀ ਚਲੋ ਸਕੂਲਾਂ ਦੇ ਵਿੱਚ ਚੱਲ ਕੇ ਦੇਖੋ ਵੀ ਟੀਚਰਾਂ ਨੂੰ ਕੀ ਦਿੱਕਤ ਹੈ ਅਤੇ ਬੱਚਿਆਂ ਨੂੰ ਕੀ ਦਿੱਕਤ ਹੈ। ਉੱਥੇ ਉਹ ਫਿਰ 6-6-5 ਜੇ ਪੈ ਜਾਂਦੇ ਵੀ ਆਹ ਕੀ ਗੱਲ ਕਹਿੰਦੇ ਆ, ਫਿਰ ਕਹਿੰਦੇ ਜੀ ਕੋਈ ਨਹੀਂ ਕਰਦੇ ਹੈ। ਜਿਹੜੇ ਆ ਨਾ ਮੈਨੂੰ ਮਹਿਸੂਸ ਹੁੰਦਾ ਉਹਨਾਂ ਦੇ ਵੀ ਅਸੀਂ ਜਿਸ ਮਕਸਦ ਦੇ ਵਾਸਤੇ ਇੱਧਰ ਆਏ ਸੀਗੇ, ਸਿਆਸਤ ਦੇ ਵਿੱਚ ਆਏ ਹਾਂ ਵੀ ਪੰਜਾਬ ਦੇ ਲਈ ਭਲਾ ਕਰਨ ਵਾਸਤੇ ਆਏ, ਜਦੋਂ ਨੌਕਰੀ ਛੱਡ ਕੇ ਸਹੁੰ ਖਾ ਕੇ ਆਏ ਸੀ ਵੀ ਪੰਜਾਬ ਲਈ ਕੁਛ ਨਾ ਕੁਛ ਕਰਨਾ, ਅਤੇ ਐਂ ਜੇ ਲੱਗਦਾ ਵੀ ਕਿਤੇ ਜੇ ਇਹ ਸਰਕਾਰਾਂ ਜੇ ਫਿਰ ਤਾਂ ਕੁਛ ਨਹੀਂ ਹੁੰਦਾ ਜੀ ਜੀ। ਜਿਸ ਦਿਨ ਪੰਜਾਬੀ ਏਕਤਾ ਪਾਰਟੀ ਦੀ ਸਰਕਾਰ ਬਣ ਗਈ, ਅਸੀਂ 2 ਸਾਲਾਂ ਦੇ ਵਿੱਚ ਜਾਂ 2.5 ਸਾਲਾਂ ਦੇ ਵਿੱਚ ਕਰਕੇ ਦਿਖਾਵਾਂਗੇ ਵੀ ਸਕੂਲਾਂ ਦਾ ਵਧੀਆ ਕਿੰਨਾ ਕਿਵੇਂ ਪ੍ਰਬੰਧ ਹੋ ਸਕਦਾ, ਹੋਸਪਿਟਲਾਂ ਦਾ ਕਿਵੇਂ ਵਧੀਆ ਪ੍ਰਬੰਧ ਹੋ ਸਕਦਾ, ਜਾਂ ਪਾਣੀ ਦਾ ਜਿਹੜਾ ਕਿਵੇਂ ਵਧੀਆ ਹੋ ਸਕਦਾ, ਕਰਕੇ ਦਿਖਾਵਾਂਗੇ ਸਾਰਾ ਕੁਛ ਜੀ। ਉਹ ਅਸੀਂ ਲੋਕਾਂ ਨੂੰ ਵਾਅਦਾ ਕਰਾਂਗੇ, ਜੇ ਅਸੀਂ ਵਾਅਦੇ ਪੂਰੇ ਨਾ ਕਰਦੇ 2.5 ਸਾਲਾਂ ਦੇ 3 ਸਾਲਾਂ ਦੀ ਸਰਕਾਰ, ਜੇ ਸਾਡੀ ਸਰਕਾਰ ਵੀ ਬਣ ਗਈ ਤਾਂ ਜਦੋਂ ਮਰਜ਼ੀ ਆ ਵੋਟਰ ਜਿਹੜਾ ਮਰਜ਼ੀ ਆ ਜੀ ਜੀ। ਹੁਣ 2-3 ਬੜੇ ਅਹਿਮ ਸਵਾਲ ਨੇ, ਮੈਂ ਚਾਹੂੰਗਾ ਕਿ ਉਹਨਾਂ ਦੇ ਨਾਲ ਵੀ ਅਸੀਂ ਗੱਲ ਨੂੰ ਅੱਗੇ ਵਧਾਈਏ। ਅਰਵਿੰਦ ਕੇਜਰੀਵਾਲ ਅਤੇ ਸੁਖਪਾਲ ਖਹਿਰਾ ਜੀ, ਅੱਜ ਦੀਆਂ ਸਥਿਤੀਆਂ 'ਚ ਇਹਨਾਂ 'ਚ ਕਿਸੇ ਗਠਬੰਧਨ ਦੀ ਸੰਭਾਵਨਾ ਤੁਹਾਨੂੰ ਨਜ਼ਰ ਆਉਂਦੀ ਹੈ ਪੰਜਾਬ ਦੇ ਭਲੇ ਲਈ, ਜਦੋਂ ਮਹਾਂਗਠਬੰਧਨ ਦਾ ਫਾਰਮੂਲਾ ਬਣ ਰਿਹਾ ਜੀ? ਇੱਕ ਤਾਂ ਇਹ ਜਾਣਨਾ ਚਾਹੂੰਗਾ ਤੁਹਾਡੇ ਨਾਲ ਕਿਹੜੀ ਕਿਹੜੀ ਪਾਰਟੀ ਗਠਬੰਧਨ 'ਚ ਆ ਸਕਦੀ ਹੈ? ਬਸਪਾ ਆ ਸਕਦੀ ਹੈ, ਗਾਂਧੀ ਸਾਹਿਬ ਅਤੇ ਸਿਮਰ ਬੈਂਸ ਤਾਂ ਹੈਗੇ ਨੇ ਜੀ, ਟਕਸਾਲੀਆਂ ਨਾਲ ਗੱਲ ਕਿੱਥੇ ਕੁ ਪਹੁੰਚੀ, ਕੀ ਆਮ ਆਦਮੀ ਪਾਰਟੀ ਨਾਲ ਵੀ ਗਠਬੰਧਨ ਹੋ ਸਕਦਾ? ਦੇਖੋ ਮੈਂ ਤੁਹਾਡੇ ਨਾਲ ਇਹ ਜ਼ਰੂਰ ਗੱਲ ਦੱਸਣਾ ਚਾਹੂੰਗਾ ਕਿ ਅਸੀਂ ਸਿੱਧਾ ਉਹਨਾਂ ਨਾਲ ਕੋਈ ਵੀ ਗੱਠਜੋੜ ਕਰਨਾ ਨਹੀਂ ਗਾ ਆਮ ਆਦਮੀ ਪਾਰਟੀ ਨਾਲ ਜੀ, ਜਿਸ ਤੱਕ ਮੈਂ ਆਪਣੀ ਮੇਰੀ ਨਿੱਜੀ ਰਾਏ ਆ ਜੀ। ਜੇਕਰ ਉਹ ਟਕਸਾਲੀਆਂ ਰਾਹੀਂ ਕਿਤੇ ਆਉਂਦੇ ਆ ਤਾਂ ਉਹ ਟਕਸਾਲੀ ਦਾ ਫਿਰ ਮਤਲਬ ਉਹਨਾਂ ਦੀ ਮਰਜ਼ੀ 'ਤੇ ਹੋਵੇਗਾ, ਹਜੇ ਸਾਡੇ ਟਕਸਾਲੀ ਜਿਹੜੇ ਆ ਸਾਡੇ ਗਠਬੰਧਨ ਦੇ ਵਿੱਚ ਨਹੀਂ ਜੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਉਂਦੇ ਆ ਤਾਂ ਉਹਨਾਂ ਨਾਲ ਤਾਂ ਹੋ ਸਕਦਾ, ਸਾਡਾ ਕਿਵੇਂ ਹੋ ਸਕਦਾ ਉਹਨਾਂ ਨਾਲ, ਕਿਉਂਕਿ ਅਸੀਂ ਤਾਂ ਉਹਨਾਂ ਤੋਂ ਹਜੇ ਹੁਣੇ ਨਵੇਂ ਨਵੇਂ ਤਾਂ ਬਾਹਰ ਆਏ ਹਾਂ ਜੀ, ਐਂ ਉਹਨਾਂ ਨਾਲ ਗਠਬੰਧਨ ਕਰਨ ਲਈ ਫਿਰ ਉਹਨਾਂ ਦੇ ਨਾਲ ਹੀ ਬੱਚੇ ਜੀ, ਉਹ ਟਕਸਾਲੀਆਂ ਨਾ ਕਰ ਸਕਦੇ ਟਕਸਾਲੀਆਂ, ਅਗਰ ਉਹ ਟਕਸਾਲੀਆਂ ਨਾਲ ਗਠਬੰਧਨ ਕਰ ਲੈਂਦੇ ਤਾਂ ਤੁਸੀਂ ਟਕਸਾਲੀਆਂ ਨਾਲ ਤੁਹਾਨੂੰ ਤਾਂ ਕੋਈ ਪਰਹੇਜ਼ ਨਹੀਂ? ਨਹੀਂ ਸਾਡਾ ਤਾਂ ਫਿਰ ਉਹਨਾਂ ਨੇ ਸੀਟਾਂ ਦੀ ਲੈਣ ਜਾਣਾ, ਉਹ ਜਿੱਥੇ ਆਪਸ ਵਿੱਚ ਕਰਨਗੇ ਲੜ ਲੈਣਾ, ਉਹ ਆਪਸ 'ਚ ਜਿੱਥੇ ਲੜਨਗੇ ਉਹ ਲੜ ਲੈਣ। ਚਲੋ ਸੁਖਪਾਲ ਖਹਿਰਾ ਅਤੇ ਅਰਵਿੰਦ ਕੇਜਰੀਵਾਲ ਜੀ, ਦੋਨਾਂ 'ਚ ਮੁਕਾਬਲਾ ਲੋਕ ਸਭਾ ਚੋਣਾਂ 'ਚ ਤੁਹਾਨੂੰ ਕਿਹੋ ਜਿਹਾ ਲੱਗਦਾ? ਸੁਖਪਾਲ ਖਹਿਰਾ ਦਾ ਮੁਕਾਬਲਾ ਕਿਹਦੇ ਨਾਲ ਹੋਊਗਾ? ਜੇ ਬਠਿੰਡੇ ਉਹ ਸੁਖਪਾਲ ਖਹਿਰਾ ਲੜਦੇ ਆ ਤਾਂ ਕਿਹਦੇ ਨਾਲ ਹੋਊਗਾ? ਕਾਂਗਰਸੀ ਅਤੇ ਜਿਹੜੇ ਅਕਾਲੀ ਨੇ ਉਹ ਕਹਿੰਦੇ ਵੀ ਆਪ ਦਾ ਹੀ ਆਪਸ 'ਚ ਮੁਕਾਬਲਾ ਹੋਣਾ, ਤੁਹਾਡੀ ਨਜ਼ਰ 'ਚ ਤੁਸੀਂ ਕਿੱਥੇ ਦੇਖਦੇ ਹੋ ਸੁਖਪਾਲ ਖਹਿਰਾ ਹੋਣਾ? ਜਿਹੜਾ ਮੇਰੇ ਹਿਸਾਬ ਨਾਲ ਜਿਹੜਾ ਮੁਕਾਬਲਾ ਹੋਣਾ ਹੈ, ਜਿਸ ਤੱਕ ਮੈਂ ਮਤਲਬ ਜੱਜਮੈਂਟ ਮੇਰੀ ਜਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ, ਸਾਡਾ ਮੁਕਾਬਲਾ ਜਿਹੜਾ ਅਕਾਲੀਆਂ ਜਾਂ ਆਮ ਆਦਮੀ ਪਾਰਟੀ ਨਾਲ ਨਹੀਂ ਨਹੀਂ ਹੈ।
ਸਾਡਾ ਮੁਕਾਬਲਾ ਜਿਹੜਾ ਕਾਂਗਰਸ ਨਾਲ ਹੋਣਾ, ਭਾਰਤੀ ਜਨਤਾ ਪਾਰਟੀ ਨੂੰ ਤਾਂ ਕੋਈ ਸ਼ਾਇਦ ਇੱਕ ਅੱਧੀ ਸੀਟ ਮਿਲਣੀ ਹੈ, ਸਾਡਾ ਜਿਹੜਾ ਮੁਕਾਬਲਾ ਹੋਣਾ ਉਹ ਕਾਂਗਰਸ ਨਾਲ ਹੋਣਾ, ਪੰਜਾਬ ਔਰ ਕਾਂਗਰਸ ਨਾਲ ਮੁਕਾਬਲਾ, ਬਿਲਕੁਲ ਕਾਂਗਰਸ ਨਾਲ ਮੁਕਾਬਲਾ ਹੋਣਾ ਔਰ ਉਹਨਾਂ ਨੂੰ ਤਕੜੀ ਟੱਕਰ ਦੇਣੀ ਹੈ ਔਰ ਬਹੁਤ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ ਜੀ। ਅੱਛਾ, ਆਮ ਆਦਮੀ ਪਾਰਟੀ ਵਾਲੇ ਲੀਡਰ ਕਈ ਵਾਰ ਇਹ ਕਹਿ ਦਿੰਦੇ ਕਿ ਤੁਹਾਡੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ, ਤੁਹਾਡੀ ਪਾਰਟੀ ਦੇ ਲੀਡਰ ਵੀ ਕਹਿੰਦੇ ਨੇ ਆਮ ਆਦਮੀ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ, ਸਹੀ ਸ਼ਬਦਾਂ ਦੇ ਵਿੱਚ ਜ਼ਿਆਦਾ ਕਾਡਰ ਤੁਹਾਡੀ ਨਜ਼ਰ 'ਚ ਕਿਹਦੇ ਨਾਲ ਖੜਾ ਹੈ? ਦੇਖੋ, ਸਾਡਾ ਹਜੇ 8 ਤਰੀਕ ਨੂੰ ਜਿਹੜੀ ਆਪਣੇ ਪੰਜਾਬੀ ਏਕਤਾ ਪਾਰਟੀ ਬਣੀ ਹੈ ਉਹਦੇ ਵਿੱਚ ਅੱਜ ਸਾਡੀ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ ਹੈ। ਅੱਜ ਉਹਨਾਂ ਨੂੰ ਸਾਰਾ ਢਾਂਚਾ ਬਣਾਉਣ ਵਾਸਤੇ ਕਿਹਾ ਵੀ ਫੀਲਡ ਦੇ ਵਿੱਚ ਜਾ ਕੇ ਤੁਸੀਂ ਹਲਕੇ ਵਿੱਚ ਜਿਹੜੇ ਤੁਸੀਂ ਮਤਲਬ ਬਣਾਉਣੇ ਹੈ, ਜਦੋਂ ਢਾਂਚਾ ਬਣ ਜਾਏਗਾ ਲੋਕ ਜਦੋਂ ਸਾਡੇ ਨਾਲ ਜੁੜ ਜਾਣਗੇ। ਬਹੁਤ ਸਾਰੇ ਜਿਹੜੇ ਕਾਂਗਰਸ ਦੇ ਵਿੱਚ ਚੰਗੇ ਵੋਟਰ ਬੈਠੇ ਨੇ, ਵੋਟਰ ਲੀਡਰ ਨਹੀਂ, ਵੋਟਰ ਜਿਹੜੇ ਬੈਠੇ ਨੇ ਪਿੰਡਾਂ ਦੇ ਵਿੱਚ ਜਾਂ ਅਕਾਲੀ ਦਲ ਦੇ ਵਿੱਚ ਜਿਹੜੇ ਵੋਟਰ ਚੰਗੇ ਬੈਠੇ ਨੇ, ਉਹ ਇਹੀ ਸੋਚਦੇ ਵੀ ਜੇ ਆਉਣ ਵਾਲਾ ਭਵਿੱਖ ਬਚਦਾ ਤਾਂ ਇੱਕੋ ਇੱਕ ਪਾਰਟੀ ਜਿਹੜੀ ਪੰਜਾਬੀ ਏਕਤਾ ਪਾਰਟੀ ਉਹ ਬਚਾਏਗੀ। ਰਹੀ ਗੱਲ ਜਮਾਨਤਾਂ ਬਚਣ ਦੀ, ਉਹ ਤਾਂ 2019 ਦੀਆਂ ਜਿਹੜੀ ਇਲੈਕਸ਼ਨ ਜਿਹੜੀਆਂ ਹੋਣੀਆਂ ਉਦੋਂ ਬਾਅਦ MP ਦੇ ਇਲੈਕਸ਼ਨਾਂ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਅਸੀਂ ਕਿੰਨੇ ਪਾਣੀ ਦੇ ਵਿੱਚ ਹੈ, ਸਾਨੂੰ ਵੀ ਪਤਾ ਲੱਗ ਜਾਣਾ ਅਸੀਂ ਕਿੰਨੇ ਪਾਣੀ 'ਚ ਹੈ, ਆਮ ਆਦਮੀ ਪਾਰਟੀ ਨੂੰ ਵੀ ਪਤਾ ਲੱਗ ਜਾਂਦਾ ਅਤੇ ਅਕਾਲੀਆਂ ਨੂੰ ਵੀ ਪਤਾ ਲੱਗ, ਕਾਂਗਰਸ ਨੂੰ ਵੀ ਪਤਾ। ਜੀ, ਸੁਖਪਾਲ ਖਹਿਰਾ ਤੋਂ ਕਿੰਨੀਆਂ ਕੁ ਉਮੀਦਾਂ ਨੇ ਜੇ ਉਹ ਬਠਿੰਡਾ 'ਚ ਖੜ ਜਾਂਦੇ ਨੇ, ਕਿੰਨੀਆਂ ਕੁ ਉਮੀਦਾਂ ਨੇ ਕਿ ਸੁਖਪਾਲ ਖਹਿਰਾ ਜਿੱਤ ਸਕਦੇ? ਦੇਖੋ ਜੀ, ਜਿਸ ਤੱਕ ਮੈਂ ਸੋਚਦਾ ਜਾਂ ਮੇਰੇ ਸਾਥੀ ਸਲਾਹ ਮਸ਼ਵਰਾ ਜਿਹੜੇ ਕਰਦੇ ਨੇ ਜਾਂ ਉੱਥੋਂ ਦੇ ਲੋਕ ਨੇ, ਸਾਡੇ ਉੱਥੇ ਵਿਧਾਇਕ ਵੀ ਨੇ, ਤਾਂ ਜੇ ਬਠਿੰਡੇ ਤੋਂ ਲੜਦੇ ਨੇ ਸੁਖਪਾਲ ਖਹਿਰਾ ਜੀ, ਬਹੁਤ ਵੱਡੇ ਮਾਰਜਨ ਨਾਲ ਜਿੱਤਣਗੇ, ਬਹੁਤ ਵੱਡੇ ਮਾਰਜਨ ਨਾਲ ਜਿੱਤਣਗੇ। ਕਿੰਨੀਆਂ ਕੁ ਸੀਟਾਂ ਤੁਹਾਡੀ ਪੰਜਾਬੀ ਏਕਤਾ ਪਾਰਟੀ ਜਿੱਤੂਗੀ ਐਤਕੀ ਜੇ ਤੁਸੀਂ ਫਰੀਦਕੋਟ ਤੋਂ ਖੜਦੇ ਹੋ ਤਾਂ ਕੀ ਹੁੰਦਾ? ਦੇਖੋ, ਮੇਰੇ ਵਾਲੀ ਜਿਹੜਾ ਜਾਂ ਖਹਿਰਾ ਸਾਹਿਬ ਦੀ ਹਜੇ ਮਤਲਬ ਜਿਹੜੀ ਫਾਈਨਲ ਜਿਹੜੀ ਹੋਣੀ ਹੈ ਜਿਹੜੀ MP ਇਲੈਕਸ਼ਨ ਲੜਨ ਵਾਸਤੇ, ਉਹ ਜਦੋਂ ਗਠਬੰਧਨ ਦੀ ਮੀਟਿੰਗ ਹੋ ਜਾਏਗੀ ਉਸ ਤੋਂ ਬਾਅਦ ਤੈਅ ਹੋਣਾ ਵੀ ਪੰਜਾਬੀ ਏਕਤਾ ਪਾਰਟੀ ਨੂੰ ਕਿੰਨੀਆਂ ਸੀਟਾਂ ਹੈ, ਸਿਮਰਜੀਤ ਬੈਂਸ ਨੂੰ ਕਿੰਨੀਆਂ ਸੀਟਾਂ ਹੈਗੀਆਂ ਅਤੇ ਬਹੁਜਨ ਸਮਾਜ ਪਾਰਟੀ ਨੂੰ ਕਿੰਨੀਆਂ ਸੀਟਾਂ ਹੈ, ਜਿੰਨੀਆਂ ਸੀਟਾਂ ਸਾਨੂੰ ਮਿਲੀਆਂ ਫਿਰ ਉਹਦੇ ਵਿੱਚ ਅਸੀਂ ਆਪਦੇ ਬੰਦੇ ਖੜਾ ਜੀ। ਅਤੇ ਜੇ ਤੁਹਾਨੂੰ ਸਮਝ ਲਓ ਗਠਬੰਧਨ ਉਤਾਰ ਦਿੰਦਾ ਜੀ, ਤੁਸੀਂ ਕਿੰਨੇ ਕੁ ਕੌਨਫੀਡੈਂਟ ਹੋ ਫਰੀਦਕੋਟ 'ਚ? ਗਠਬੰਧਨ ਜੇ ਬੜੇ ਬੜੇ ਤਕੜੇ ਮਾਰਜਨ ਨਾਲ ਅਸੀਂ ਜਿੱਤ ਰਹੇ ਜੀ ਉੱਥੋਂ, ਜੇ ਗਠਬੰਧਨ ਸਾਰਾ ਇਹ ਗੱਲ ਕਹਿੰਦੇ ਹੈ ਵੀ ਮਾਸਟਰ ਬਲਦੇਵ ਸਿੰਘ ਨੂੰ ਉੱਥੇ ਇਲੈਕਸ਼ਨ ਲੜਨੀ ਚਾਹੀਦੀ ਹੈ, ਤਾਂ ਬੜੇ ਵੱਡੇ ਮਾਰਜਨ ਨਾਲ ਅਸੀਂ ਜਿੱਤਾਂਗੇ, ਜਿੱਤੋਗੇ, ਬਿਲਕੁਲ ਜਿੱਤਾਂਗੇ। ਕਿਹੜੇ ਕਾਰਨ ਬਰਗਾੜੀ 'ਚ, ਫਰੀਦਕੋਟ 'ਚ, ਉਹ ਸਾਰੇ ਉਹਨਾਂ ਇਲਾਕਿਆਂ 'ਚ ਰਹਿਣਗੇ ਜਿਹਦੇ ਨਾਲ ਤੁਹਾਡੇ ਗਠਬੰਧਨ ਨੂੰ ਫਾਇਦਾ ਹੋਊ? ਦੇਖੋ, ਅਸੀਂ ਹਮੇਸ਼ਾ ਪੰਜਾਬ ਦੀ ਲੜਾਈ ਲੜਦੇ ਹਾਂ, ਅੱਗੇ ਇਹ ਇਸ ਤੋਂ ਵੀ ਵੱਧ ਕੇ ਲੜਾਈ ਲੜਨੀ ਹੈ। ਜਿਵੇਂ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰਦੇ ਹਾਂ, ਮੈਂ ਤੁਹਾਡੇ ਜ਼ਰੀਏ ਦੱਸਣਾ ਚਾਹਾਂਗਾ ਕਿ ਵਿਧਾਨ ਸਭਾ ਜਿਸ ਦਿਨ ਲਾਈਵ ਹੋਇਆ ਆਪਣਾ ਰਿਪੋਰਟ, ਜਸਟਿਸ ਰਣਜੀਤ ਸਿੰਘ ਦੀ ਬੇਅਦਬੀ ਵਾਲੀ ਰਿਪੋਰਟ ਦੇ ਉੱਤੇ, ਤਾਂ ਮੈਨੂੰ ਚੀਮਾ ਸਾਹਮਣੇ ਬੋਲਣ ਦਾ ਟਾਈਮ ਨਹੀਂ ਦਿਆ ਹੈ। ਹਾਲਾਂਕਿ ਜਿਹੜਾ LOP ਹੁੰਦਾ ਹੈ ਉਹਨੇ ਟਾਈਮ ਦੇਣਾ ਹੁੰਦਾ ਉਹਦੇ MLA ਦੇ ਥੱਲੇ, ਉਹਦਾ 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 ਮਨ ਦੇ ਵਿੱਚ ਪਤਾ ਨਹੀਂ ਕੀ ਸੀਗੀ ਕਿ ਖਹਿਰਾ ਸਾਹਿਬ ਦੇ ਨਾਲ ਹੈ। ਹਾਲਾਂਕਿ ਜਿਹੜਾ ਬਰਗਾੜੀ ਹੈ, ਬਹਿਵਲ ਖੁਰਦ ਹੈ, ਸਰਾਮਾ ਹੈ, ਬੁਰਜ ਜਵਾਹਰ ਸਿੰਘ ਵਾਲਾ, ਇਹ ਮੇਰੇ ਹਲਕੇ ਦੇ 4-5 ਪਿੰਡ ਨੇ, ਸਾਰਾ ਕੁਛ ਹੋਇਆ ਤੁਹਾਡੇ ਹਲਕੇ ਦੇ, ਮੇਰੇ ਹਲਕੇ ਦੇ ਨੇ। ਅਤੇ ਮੈਨੂੰ, ਮੈਂ ਵਾਰ ਵਾਰ ਖੜਾ ਉੱਠ ਕੇ ਮਤਲਬ ਸਪੀਕਰ ਸਾਹਿਬ ਨੂੰ ਕਹਿੰਦਾ ਸੀ ਵੀ ਸਪੀਕਰ ਸਾਹਿਬ ਮੈਨੂੰ ਜ਼ਰੂਰ ਬੋਲਣ ਦਿਓ ਕਿਉਂਕਿ ਮੇਰੇ ਹਲਕੇ ਦੇ ਨੇ, ਮੈਨੂੰ ਟਾਈਮ ਨਹੀਂ ਦਿੱਤਾ ਕਿਉਂਕਿ LOP ਨੇ ਜਿਹੜਾ ਚੀਮਾ ਸਾਹਿਬ ਨੇ ਉਹਨਾਂ ਨੇ ਲਿਖ ਕੇ ਦਿੱਤਾ ਹੋਇਆ ਸੀ ਵੀ ਇਹਨਾਂ ਨੂੰ ਟਾਈਮ ਨਹੀਂ ਉਹ ਦੇਣਾ, ਪਰ ਮੈਂ ਵਾਰ ਵਾਰ ਉੱਠ ਕੇ ਕਹਿੰਦਾ ਰਿਹਾ। ਤਾਂ ਫਿਰ ਅਖੀਰ ਨੂੰ ਫੂਲਕਾ ਸਾਹਿਬ ਨੇ ਉੱਠ ਕੇ ਕਿਹਾ ਵੀ ਮਾਸਟਰ ਜੀ ਨੂੰ 2 ਮਿੰਟ ਜ਼ਰੂਰ ਦਿਓ ਜੀ, ਫੂਲਕਾ ਸਾਹਿਬ ਨੇ ਕਿਹਾ। ਅਤੇ ਜਦੋਂ ਫੂਲਕਾ ਸਾਹਿਬ ਨੇ ਕਿਹਾ ਅਤੇ ਫਿਰ ਕੈਪਟਨ ਅਮਰਿੰਦਰ ਮੈਂ ਉਹਨਾਂ ਦੀ ਤਾਰੀਫ ਕਰਦਾ ਇਸ ਗੱਲ ਤੋਂ, ਕੈਪਟਨ ਸਾਹਿਬ ਨੇ ਮਤਲਬ ਕਿਹਾ ਵੀ MLA ਸਾਹਿਬ ਮਾਸਟਰ ਬਲਦੇਵ ਸਿੰਘ ਨੂੰ ਜ਼ਰੂਰ 2 ਮਿੰਟ ਟਾਈਮ ਦਿੱਤਾ ਜਾਵੇ ਜੀ, 2 ਮਿੰਟ ਦੀ ਬਜਾਏ ਮੈਂ 6 ਮਿੰਟ 6.5 ਮਿੰਟ ਲੈ ਗਿਆ। ਉਹਦੇ ਵਿੱਚ ਮੈਂ ਪੂਰੀ ਆਪਦੀ ਹਲਕੇ ਦੀ ਜਿਹੜੀ ਗੱਲ ਦੱਸੀ ਸੀ ਜੀ, ਮੈਂ ਕੋਈ ਆਪਦੇ ਪਾਸੇ ਕੁਛ ਨਹੀਂ ਮੰਗਿਆ ਸੀ। ਜਿੱਥੇ ਜਿੱਥੇ ਬੇਅਦਬੀ ਹੋਈ ਮੈਂ ਉਹਨਾਂ ਨੂੰ ਕਿਹਾ ਸੀ ਕੈਪਟਨ ਸਾਹਿਬ ਤੁਸੀਂ ਬੇਅਦਬੀ ਦੇ ਮੁੱਦੇ 'ਤੇ ਕੁਛ ਨਹੀਂ ਉਹ ਕਰਨਾ ਜੀ,
ਪਰ ਉਹਨਾਂ ਦੇ ਮੱਲਮ ਪੱਟੀ ਤਾਂ ਲਾ ਸਕਦੇ ਨਾ ਉਹਨਾਂ ਪਿੰਡਾਂ ਦੇ ਵਿੱਚ, ਉਹਨਾਂ ਦੇ ਜਿਹੜੇ ਜ਼ਖਮ ਨੇ ਅੱਲੇ ਹੈ ਉਹਨਾਂ 'ਤੇ ਤੁਸੀਂ ਮੱਲਮ ਪੱਟੀ ਕਰ ਸਕਦੇ ਹੋ। ਅਤੇ ਮੈਂ ਉਹਨਾਂ ਦੇ ਵਾਸਤੇ ਮੈਂ ਇਹ ਮੰਗਿਆ ਸੀਗਾ ਵੀ ਜਿੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਹੈ ਬੁਰਜ ਜਵਾਹਰ ਸਿੰਘ ਵਾਲੇ ਤੋਂ, ਉੱਥੇ 8ਵੀਂ ਤੱਕ ਦਾ ਸਕੂਲ ਹੈ, ਉੱਥੇ ਇੱਕ ਪਲੱਸ ਟੂ ਦਾ ਸਕੂਲ ਬਣੇ ਔਰ ਉਹਦਾ ਜਿਹੜਾ ਸਕੂਲ ਦਾ ਨਾਂ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਰੱਖਿਆ ਜਾਵੇ ਅਤੇ ਉੱਥੇ ਜਿਹੜੀ ਸਿੱਖਿਆ ਮਿਲੇ ਉਹ ਧਾਰਮਿਕ ਸਿੱਖਿਆ ਦਿੱਤੀ ਜਾਵੇ, ਤਾਂ ਕਿ ਜਿਹੜੇ ਲੋਕ ਉੱਥੇ ਮਤਲਬ ਪੜ੍ਹਨਗੇ ਬੱਚੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਹ ਸਦਾ ਲਈ ਗੁਲਾਮ ਹੁੰਦੀਆਂ ਜੀ। ਦੂਸਰਾ ਮੈਂ ਕੀਤਾ ਸੀਗਾ ਸਰਾਵਾਂ, ਸਰਾਵਾਂ ਤੋਂ ਮੇਰਾ ਜਿਹੜਾ ਇੱਕ ਬੇਟਾ ਜਿਹਦੀ ਉੱਥੇ ਸ਼ਹੀਦੀ ਹੋਈ ਹੈ ਪੁਲਿਸ ਵਾਲੇ ਨੇ ਮਾਰਿਆ ਹੈ, ਉਹ 23 ਸਾਲ ਦਾ ਬੱਚਾ ਅਨਮੈਰਿਡ ਸੀ, ਉਸ ਪਿੰਡ ਵਾਸਤੇ ਮੈਂ 100 ਬਿਸਤਰਾਂ ਦੀ ਮੰਗ ਕੀਤੀ ਸੀ ਵੀ 100 ਬਿਸਤਰਾਂ ਦਾ ਹੋਸਪਿਟਲ ਹੋਣਾ ਚਾਹੀਦਾ। ਉਹ ਜਿਹੜਾ ਹੋਸਪਿਟਲ ਦਾ ਨਾਂ ਹੈ ਉਸ ਸਰਾਵਾਂ ਤੋਂ ਜਿਹੜਾ ਗੁਰਜੀਤ ਸਿੰਘ ਸ਼ਹੀਦ ਹੋਇਆ ਧਰਮ ਦੀ ਖਾਤਰ, ਵੀ ਉਹਦੇ ਨਾਂ ਦੇ ਉੱਤੇ ਜਿਹੜਾ ਉਹ ਹੋਸਪਿਟਲ ਦਾ ਨਾਂ ਹੋਣਾ ਚਾਹੀਦਾ, ਤਾਂ ਕਿ ਜਦੋਂ ਲੋਕ ਉੱਥੇ ਆਉਣਗੇ ਇਲਾਕੇ ਦੇ ਲੋਕ ਆਉਣਗੇ ਜਾਂ ਦੂਰੋਂ ਨੇੜੇ ਆਉਣਗੇ ਉਹ ਜਦੋਂ ਨਾਂ ਪੜ੍ਹਨਗੇ ਤਾਂ ਉਹ ਵੀ ਯਾਦ ਰੱਖਣਗੇ ਵੀ ਗੁਰਜੀਤ ਸਿੰਘ ਨੇ ਜਿਹੜਾ ਇੱਕ ਜਿਹੜੇ ਬੇਅਦਬੀ ਹੋਈ ਸੀ ਉਸ ਦੇ ਮੁੱਦੇ 'ਤੇ ਇਹ ਆਪਣੀ ਸ਼ਹੀਦੀ ਦਿੱਤੀ ਹੈ, ਧਰਮ ਦੇ ਨਾਂ 'ਤੇ ਸ਼ਹੀਦੀ ਦਿੱਤੀ ਹੈ। ਫਿਰ ਮੈਂ ਕੀਤੀ ਸੀ ਬਹਿਬਲ ਖੁਰਦ, ਉੱਥੇ ਕ੍ਰਿਸ਼ਨ ਭਗਵਾਨ ਜੀ ਨੇ ਜਿਹੜੇ ਸ਼ਹੀਦ ਹੋਏ ਆ ਜੀ, ਉਹਨਾਂ ਵਾਸਤੇ ਉਸ ਪਿੰਡ ਵਾਸਤੇ ਮੈਂ ਕਿਹਾ ਸੀ ਨੈਸ਼ਨਲ ਸਟੇਡੀਅਮ ਹੋਵੇ, ਇੱਕ ਬਹੁਤ ਵਧੀਆ ਸਟੇਡੀਅਮ ਹੋਵੇ, ਜਦੋਂ ਦੂਸਰੇ ਮਤਲਬ ਸੂਬਿਆਂ ਦੇ ਬੱਚੇ ਬੱਚੇ ਇੱਥੇ ਆ ਕੇ ਖੇਡਣਗੇ ਤਾਂ ਉਹ ਉਹਨਾਂ ਦੇ ਨਾਂ 'ਤੇ ਰੱਖਿਆ ਜਾਵੇ, ਉਹਨਾਂ ਨੇ ਵੀ ਧਰਮ ਦੇ ਨਾਂ 'ਤੇ ਮਤਲਬ ਉਹ ਸ਼ਹੀਦ ਹੋਏ ਨੇ। ਅਤੇ ਮੈਂ ਆਪਦੇ ਹਲਕੇ ਵਾਸਤੇ ਇਹ ਗੱਲਾਂ ਕੀਤੀਆਂ ਅਤੇ ਜਦੋਂ ਸਾਰੀ ਲੈਬ ਹੋ ਗਈ ਸਾਰਾ ਕੁਝ ਹੋ ਗਿਆ ਅਤੇ ਬਹੁਤ ਸਾਰੇ ਜਿਹੜੇ ਮੇਰੇ ਸਾਥੀ ਇਹ ਮਿਲੇ ਸੀਗੇ ਮੇਰੇ ਹਲਕੇ ਦੇ ਲੋਕਾਂ ਸੀ, ਉਹਨਾਂ ਨੇ ਕਿਹਾ ਮਾਸਟਰ ਜੀ ਅੱਜ ਤੁਸੀਂ ਸਾਡੇ ਹੱਕ ਦੀ ਗੱਲ ਕੀਤੀ ਅਤੇ ਮੱਲਮ ਪੱਟੀ ਕੈਪਟਨ ਅਮਰਿੰਦਰ ਹੋਣਾ ਨੇ ਲਾਈ ਅੱਜ ਤੱਕ ਉੱਥੇ। ਮੈਂ ਉਸਦੇ ਸੰਬੰਧ ਵਿੱਚ ਕਾਫੀ ਵਾਰੀ ਇਹਨਾਂ ਨਾਲ ਸੰਪਰਕ 'ਚ ਬਾਜਵਾ ਸਾਹਿਬ ਉਹਨਾਂ ਵੀ ਮਿਲਿਆ, ਉਹਨਾਂ ਨੂੰ ਕਿਹਾ ਵੀ ਹੈ ਵੀ ਤੁਸੀਂ ਇਹ ਜਿਹੜਾ ਹੈਗਾ ਹੈ ਵੀ ਇੱਥੇ ਇਹ ਕੰਮ ਕਰਨ ਦੀ ਲੋੜ ਹੈ ਜਿਹੜੀ ਤੁਸੀਂ ਕਰੋ, ਪਰ ਉਹ ਹਰ ਵਾਰੀ ਕਹਿੰਦੇ ਮਾਸਟਰ ਜੀ ਜ਼ਰੂਰ ਕਰਾਂਗੇ ਜ਼ਰੂਰ ਕਰਾਂਗੇ। ਆਹ ਹੁਣ ਮੈਨੂੰ ਲੱਗਾ ਪਤਾ ਕਰੀ ਕੱਲ੍ਹ ਖਰੀ ਪਰਸੋਂ ਉਹਨਾਂ ਨੇ ਪਾਇਆ ਕਹਿੰਦੇ ਜੀ 5 ਕਰੋੜ ਐਮ ਐਲ ਏ ਨੂੰ ਦੇਣਾ, ਅਤੇ ਕੁਛ ਸਾਥੀਆਂ ਦਾ ਮੇਰੇ ਸਵਾਲ ਆਇਆ ਮੈਨੂੰ ਵੀ ਹੁਣ ਤਾਂ 5 ਕਰੋੜ ਰੁਪਏ ਮਿਲ ਜਾਣਾ, ਪਰ ਉਹਨਾਂ ਨੇ ਲੈਣ ਵਿੱਚ ਪਾਈ ਸੀ ਵਿਰੋਧੀਆਂ ਨੂੰ ਨਹੀਂ ਦਿੱਤਾ ਜਾਵੇਗਾ, ਮੈਂ ਪੜ੍ਹੀ ਨਹੀਂ ਹੋਏ ਸੁਣ ਸੀ ਉਹ ਆਪ ਹੀ ਦੱਸ ਰਹੇ ਵੀ ਨਹੀਂ ਦਿੱਤਾ। ਚਲੋ ਕੈਪਟਨ ਅਮਰਿੰਦਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਵਿਕਾਸ ਦੇ ਲਈ ਇਹ ਲੜੀਵਾਰ ਪ੍ਰਕਿਰਿਆ ਦੇ ਤਹਿਤ ਫੰਡ ਦੇਣਾ, ਜੇ ਤੁਹਾਨੂੰ ਇਹ 5 ਕਰੋੜ ਆਉਂਦਾ ਤੇ ਤੁਸੀਂ ਇਹ ਜਿਹੜੇ ਮੰਗ ਕੀਤੀ ਸੀ ਵਿਧਾਨ ਸਭਾ 'ਚ ਇਸ ਪਾਸੇ ਨੂੰ ਅੱਗੇ ਵਧੋਗੇ? ਬਿਲਕੁਲ ਜੀ, ਕਿਉਂ ਨਹੀਂ, ਮੈਂ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਮੇਰੇ ਜੇ ਕੋਲ ਮੈਨੂੰ 5 ਕਰੋੜ ਦਿੰਦੇ ਆ ਤਾਂ ਮੈਂ ਇਹਨਾਂ ਹਲਕਿਆਂ ਦੇ ਵਿੱਚ ਜਿਹੜੇ ਜਿੱਥੇ ਜਿੱਥੇ ਬੇਅਦਬੀ ਹੋਈ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਪਿੰਡਾਂ ਨੂੰ ਮਤਲਬ ਉਹਦੇ ਵਿੱਚ ਗ੍ਰਾਂਟ ਜਾਰੀ ਕਰਾਂਗੇ ਜੀ ਜੀ। ਜਿਹੜੇ ਸਾਡੇ ਛੱਪੜਾਂ ਦਾ ਬੁਰਾ ਹਾਲ ਹੈ ਉਹਨਾਂ ਦਾ ਮਤਲਬ ਵਧੀਆ ਹੋ ਸਕਦਾ, ਇੱਕ ਛੱਪੜ ਨੂੰ ਜਿਹੜੇ ਪਿੰਡ ਦੇ ਵਿੱਚ ਹੈ ਉਹਦੇ 'ਤੇ 10-12 ਲੱਖ ਰੁਪਈਆ ਲੱਗਦਾ, ਅਤੇ ਮੈਂ ਵਿਧਾਨ ਸਭਾ 'ਚ ਸਵਾਲ ਪਾਇਆ ਸੀ ਤੁਹਾਡੇ ਲਈ ਦੱਸਣਾ ਚਾਹਾਂਗਾ ਵੀ ਆਹ 10 ਸਾਲ ਜਿਹੜੇ ਅਕਾਲੀਆਂ ਨੇ ਰਾਜ ਕੀਤਾ ਹੈ ਵੀ ਇਹ 10 ਸਾਲਾਂ ਦੇ ਵਿੱਚ ਇਹ ਛੱਪੜ ਵਾਸਤੇ ਕਿੰਨਾ ਪੈਸਾ ਆਇਆ, ਅਤੇ ਜਦੋਂ ਮੈਨੂੰ ਉਹ ਲਿਖਤੀ ਤੌਰ 'ਤੇ ਜਵਾਬ ਆਇਆ ਅਤੇ ਮੈਂ ਉਹਨਾਂ ਨੂੰ ਦੱਸਿਆ, ਉਹਨਾਂ ਨੇ ਮੈਨੂੰ ਦੱਸਿਆ ਉਸ ਚਿੱਠੀ 'ਤੇ ਮੇਰੇ ਕੋਲ ਹਜੇ ਵੀ ਤੱਕ ਵੀ ਘਰੇ ਪਏ ਨੇ, ਉਹ ਕਹਿੰਦੇ 48,47,000 ਛੱਪੜ 'ਤੇ ਖਰਚ ਹੋਇਆ ਵਾ। ਅਤੇ ਮੈਂ ਤੁਹਾਡੇ ਨੇ ਦੱਸਣਾ ਚਾਹਾਂਗਾ ਕੋਈ 10 ਜਾਂ 12 ਜਿਹੜੇ ਲੱਖ ਦੇ ਵਿੱਚ ਜਿਹੜਾ ਛੱਪੜ ਦਾ ਜਿਹੜਾ ਬਹੁਤ ਵਧੀਆ ਹੋ ਸਕਦਾ, ਅਤੇ 48,48 ਲੱਖ ਉੱਥੇ ਉਹ ਛੱਪੜ ਨੂੰ ਦੇਖ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇੱਥੇ 48,000 ਰੁਪਈਆ ਲੱਗੂਗਾ। ਬਿਲਕੁਲ ਬਿਲਕੁਲ, ਸੋ ਛੱਪੜ 'ਚ ਦੇਖਣਾ ਬੜਾ ਔਖਾ ਹੈ, 48 ਲੱਖ ਰੁਪਇਆ ਪਰ ਜੇ ਕਿਸੇ ਛੱਪੜ 'ਚ ਲੱਗਿਆ ਹੋਵੇ ਤਾਂ ਮੈਨੂੰ ਲੱਗਦਾ ਦਿਖ ਜਾਂਦਾ, ਬਿਲਕੁਲ ਛੱਪੜ 'ਚ 48 ਲੱਖ ਲੱਗਿਆ ਦਿਖ ਜਾਂਦਾ। 2-4 ਗੱਲਾਂ ਜਿਹੜੀਆਂ ਹੋਰ ਨੇ ਮੈਂ ਸਿਆਸੀ ਤੌਰ 'ਤੇ ਕਰੂੰਗਾ। ਅਜੋਕੇ ਸਮੇਂ 'ਚ ਪੰਜਾਬ 'ਚ ਜੀ ਹੁਣ 2019 ਦੀ ਲੜਾਈ ਤੁਸੀਂ ਲੜਨੀ ਹੈ ਜੀ, 2019 'ਚ ਜੇ ਸੁਖਪਾਲ ਖਹਿਰਾ ਤੁਸੀਂ ਪਾਰਲੀਮੈਂਟ 'ਚ ਚੱਲ ਜਾਂਦੇ ਹੋ ਜੀ ਤਾਂ ਪੰਜਾਬ ਦੇ ਹੱਕ ਦੀ ਗੱਲ ਕਿੱਥੇ ਕੁ ਤੱਕ ਜਾਊ? ਦੇਖੋ ਜਿਹੜੇ ਪੰਜਾਬ ਦੇ ਮੁੱਦੇ ਦੇ ਵਿੱਚ ਕਿਉਂਕਿ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਦੇਖੀ ਜਾਂਦੇ ਵੀ ਸਾਡੇ ਜਿਹੜੇ ਲੋਕ ਨੇ ਚਾਹੇ ਕੋਈ ਦਲਿਤ ਹੈ ਚਾਹੇ ਕੋਈ ਕਿਸਾਨ ਹੈ ਚਾਹੇ ਕੋਈ ਮਜ਼ਦੂਰ ਹੈ ਚਾਹੇ ਕੋਈ ਰੇਹੜੀ ਵਾਲਾ ਹੈ ਚਾਹੇ ਕੋਈ ਵਪਾਰੀ ਹੈ ਉਹਨਾਂ ਨਾਲ ਕਿੱਦਾਂ ਵਿਤਕਰਾ ਹੋ ਰਿਹਾ ਉਸ ਦੇ ਵਿੱਚ
ਮੈਨੂੰ ਇੱਕ ਪਹਿਲਾਂ ਇੱਕ ਸਵਾਲ ਵੀ ਕੀਤਾ ਸੀ ਮੈਨੂੰ ਵੀ ਫਲ ਫਰਜ਼ ਕਰੋ ਵੀ ਉੱਪਰ ਤਾਂ ਤੁਹਾਡਾ ਮਤਲਬ ਕਿਸੇ ਨਾਲ ਹੈ ਹੀ ਨੀਗਾ, ਤੁਸੀਂ ਇੱਥੋਂ ਜਿੱਤ ਕੇ ਜਾਂਦੇ ਹੋ, ਅਤੇ ਮੈਂ ਕਿਹਾ ਜਿਹਨੂੰ ਸਾਡੀ ਵੋਟ ਚਾਹੀਦੀ ਉਹਨੂੰ ਕਹੋਗੇ ਪੰਜਾਬ ਵਾਸਤੇ ਸਾਨੂੰ ਕਿੰਨਾ ਮਤਲਬ ਪੈਕੇਜ ਦਿੰਦੇ ਹੋ, ਮਾਸਟਰ ਬਲਦੇਵ ਵਾਸਤੇ ਜੇ ਪਾਉਣ ਵਾਸਤੇ ਜੀ ਪੰਜਾਬ ਵਾਸਤੇ ਕਿੰਨਾ ਪੈਕੇਜ ਦਿੰਦੇ ਹੋ? ਅਸੀਂ ਪੰਜਾਬ ਦੇ ਜਿਹੜੇ ਸਕੂਲ ਆ ਉਹ ਸੁਧਾਰ ਕਰਨੇ ਆ, ਅਸੀਂ ਪੰਜਾਬ ਦੇ ਜਿਹੜੇ ਹੋਸਪਿਟਲ ਦੇ ਵਿੱਚ ਸੁਧਾਰ ਕਰਨਾ ਹੈ, ਪਾਣੀਆਂ ਦਾ ਜਿਹੜਾ ਪ੍ਰਬੰਧ ਲੋਕਾਂ ਨੂੰ ਅੱਜ ਮੇਰੇ ਹੁਣ ਜਾ ਕੇ ਸੁਖਪਾਲ ਖਹਿਰਾ ਉੱਥੇ 32 ਬੱਚੇ ਜਿਹੜੇ ਹੈ ਅੰਗਹੀਣ ਹੈ, ਕਿਸੇ ਦੇ ਅੱਖ ਨਹੀਂ, ਕਿਸੇ ਦੇ ਬਾਂਹ ਫਰੀਦਕੋਟ 'ਚ, ਹਾਂਜੀ ਫਰੀਦ ਤੁਹਾਡੇ ਤਰਾਂਗ ਪਿੰਡ ਹੈ ਜੀ, ਮੈਨੂੰ ਪੂਰਾ ਯਾਦ ਬਣੀ ਤਰਾਂਗ ਪਿੰਡ ਹੈ, ਤਾਂ ਉਹੋ ਜਿਹੇ ਪਿੰਡਾਂ ਦੇ ਵਿੱਚ ਪਾਣੀ ਦਾ ਜਿਹੜਾ ਪ੍ਰਕੋਪ ਹੈ, ਜਿਹੜਾ ਉੱਥੋਂ ਦਾ ਪਾਣੀ ਪੀਣ ਯੋਗ ਨਹੀਂ ਗਾ, ਉਸ ਦੇ ਨਾਲ ਜਿਹੜੇ ਬਹੁਤ ਸਾਰਾ ਕੁਛ ਹੋ ਰਿਹਾ। ਮੈਂ ਇੱਕ ਹੋਰ ਵੀ ਦੱਸਣਾ ਚਾਹੂੰਗਾ, ਇਹ ਜਲਾਲਾਬਾਦ ਦਾ ਪਿੰਡ ਇੱਕ ਬਾਰਡਰ 'ਤੇ, ਉਹਦਾ ਨਾਮ ਭੁੱਲ ਗਿਆ, ਉਹ 2-3 ਸਾਲ ਅਸੀਂ ਪਹਿਲਾਂ ਗਏ ਸੀ, ਉਹਨਾਂ ਨੇ ਸਾਨੂੰ ਪਾਣੀ ਨਲਕੇ ਤੋਂ ਗੇੜ ਕੇ ਦਿਖਾਇਆ, ਪਾਣੀ ਬਹੁਤ ਸਾਫ਼ ਲੱਗਦਾ ਸੀ, 5 ਮਿੰਟਾਂ ਬਾਅਦ ਉਹ ਲਾਲ ਹੋਣ ਲੱਗ ਗਿਆ ਅਤੇ 1/2 ਘੰਟੇ ਬਾਅਦ ਪੂਰਾ ਲਾਲ ਹੋ ਗਿਆ। ਹੁਣ ਉਹ ਲੋਕ ਪਾਣੀ ਪੀਂਦੇ ਆ, ਚਲੋ ਮੰਨ ਲਓ ਕੋਈ ਆਪਦੇ ਪੀਣ ਜਗ੍ਹਾ ਉੱਥੇ ਕੋਈ ਲਿਆਊਗਾ, ਜਿਹੜੇ ਉਹ ਪਾਣੀ ਪਸ਼ੂ ਪੀਂਦੇ ਆ, ਜਿਹੜੇ ਜਿਹਨਾਂ ਤੋਂ ਦੁੱਧ ਲੈਣਾ, ਕੀ ਉਹਨਾਂ ਦੇ ਵਿੱਚ ਨਹੀਂ ਹੋ ਜਾਂਦਾ? ਬਿਲਕੁਲ ਬਿਲਕੁਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਾਫ਼ੀ ਜ਼ਿਆਦਾ ਨੁਕਸਾਨਦਾਇਕ ਵੀ ਨੇ। ਸੋ ਇਹ ਮੰਨਿਆ ਜਾਵੇ ਕਿ ਜਿਹੜਾ ਡੈਮੋਕ੍ਰੈਟਿਕ ਅਲਾਇੰਸ ਹੈ ਤੁਹਾਡਾ ਜੀ, ਉਹ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਮੁਕਾਬਲਾ ਦੇਣ ਜਾ ਰਹੇ? ਬਿਲਕੁਲ ਜੀ, ਬਿਲਕੁਲ ਬਿਲਕੁਲ, ਹੈ ਨਾ, ਤੁਹਾਡੇ ਮੁਕਾਬਲ ਮੁਤਾਬਕ ਮੁਕਾਬਲਾ ਕਾਂਗਰਸ ਨਾਲ ਹੈ। ਔਰ ਮੈਂ ਥੋੜ੍ਹੀ ਜਿਹੀ ਹੋਰ ਵੱਡੀ ਗੱਲ ਕਰ ਲੈਣਾ, ਤੁਹਾਡੇ ਗਠਬੰਧਨ 'ਚ ਸਿਮਰ ਬੈਂਸ ਵੀ ਹੈ ਜੀ, ਬਲਵਿੰਦਰ ਬੈਂਸ ਵੀ ਹੈ, ਡਾਕਟਰ ਤਨਵੀਰ ਗਾਂਧੀ ਵੀ ਨੇ ਜੀ, ਟਕਸਾਲੀ ਵੀ ਨੇ, ਤਨਵੀਰ ਗਾਂਧੀ, ਸਿਮਰ ਬੈਂਸ, ਬਲਵਿੰਦਰ ਬੈਂਸ, ਇਹਨਾਂ ਚੋਂ ਵੀ ਕੋਈ ਨਜ਼ਰ ਆਉਂਦਾ ਤੁਹਾਨੂੰ ਕਿ ਸਾਡੇ ਨਾਲ ਪਾਰਲੀਮੈਂਟ 'ਚ ਪਹੁੰਚ ਸਕਦਾ? ਦੇਖੋ ਜੀ, ਜੇ ਆਪਣੇ ਬੈਂਸ ਸਾਹਿਬ ਦੇ ਉਹਨਾਂ ਨੇ ਫੈਸਲਾ ਕਰਨਾ ਹੈ ਵੀ ਉਹਨਾਂ ਦੇ ਕੋਈ ਬੰਦਾ ਆਪਦਾ ਖੜਦਾ ਹੈ ਜਾਂ ਕੋਈ ਆਪ ਲੜਦੇ ਨੇ, ਇਲੈਕਸ਼ਨ ਲੜਦੇ ਨੇ, ਮਾੜੀ ਮੋਟੀ ਸੂਝ ਬੂਝ ਰੱਖਦਾ, ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਬਹੁਤ ਸਾਰੇ ਜਿਹੜੇ ਜਿਹੜੇ ਆਪਣੇ ਇੱਥੋਂ ਜਾਂਦੇ ਨੇ ਪੰਜਾਬ ਦੇ ਜਿਹੜੇ ਜਾਂਦੇ ਨੇ MP ਸਾਹਿਬ ਜਾਂਦੇ ਨੇ, ਉਹਨਾਂ ਦੇ ਵਿੱਚ ਬਹੁਤ ਸਾਰੇ ਗੁੱਠਾ ਸਾਹਿਬ ਵੀ ਹੈਗੇ ਜੀ, ਉੱਥੇ ਜਾ ਕੇ 5 ਸਾਲ ਵਿਚਾਰੇ ਆਵਾਸੀ ਵੀ ਨਹੀਂ ਲੈਂਦੇ, ਬੋਲਣਾ ਤਾਂ ਬਹੁਤ ਦੂਰ ਦੀ, ਆਵਾਸੀ ਵੀ ਨਹੀਂ ਲੈਂਦੇ, ਉੱਥੇ ਜਾ ਕੇ ਬਸ ਸ਼ਾਂਤ ਰਹਿੰਦੇ ਨੇ। ਇੱਥੇ ਹੁਣ ਵੀ 117 ਦੇ ਵਿੱਚੋਂ ਮੈਨੂੰ ਪਤਾ ਵੀ ਜਿਹੜੇ 50-60 ਬੰਦੇ MLA ਜਿਹੜੇ ਇਹੋ ਜਿਹੇ ਹੋਣੇ ਆ ਜਿਨ੍ਹਾਂ ਨੇ ਕਦੇ ਹਜੇ ਤੱਕ 2 ਸਾਲਾਂ 'ਚ ਬੋਲਿਆ ਨਹੀਂ ਗਾ, ਅਸੀਂ ਜਦੋਂ ਜਾਵਾਂਗੇ ਜਿੰਨਾ ਸਾਨੂੰ ਟਾਈਮ ਮਿਲੇਗਾ ਔਰ ਪੂਰੇ ਪੰਜਾਬ ਦੀ ਆਵਾਜ਼ ਉਠਾ ਕੇ ਉੱਥੇ ਉੱਥੇ ਗੱਲ ਕਰਾਂਗੇ ਜੀ। ਚਲੋ, ਕੇਜਰੀਵਾਲ ਦੇ ਨਾਲ ਕੋਈ ਸੰਭਾਵਨਾ, ਕੋਈ ਗਿਲੇ ਸ਼ਿਕਵੇ ਦੂਰ ਹੁੰਦੇ ਇਸ ਦੇਖੋ ਇਸ ਸਟੇਜ 'ਤੇ ਵੀ? ਅਸੀਂ ਕੋਸ਼ਿਸ਼ ਬਹੁਤ ਕੀਤੀ ਸੀ ਜਦੋਂ ਦਾ ਰੌਲਾ ਪਿਆ, ਰੌਲਾ ਲਗਭਗ ਜਿਹੜਾ ਸਾਲ ਦਾ ਪਿਆ, ਬਹੁਤ ਸਾਰੇ ਸਾਥੀ ਇਹ ਸੋਚਦੇ ਆ ਵੀ ਸੁਖਪਾਲ ਖਹਿਰੇ ਦਾ ਜਦੋਂ LOP ਗਏ ਤਾਂ ਰੌਲਾ ਪਿਆ। ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਇਹ ਦੱਸਣਾ ਚਾਹਾਂਗਾ, ਇਹ ਪਹਿਲਾਂ ਤਾਂ ਰੌਲਾ ਪਿਆ ਵਾ ਕਦੋਂ, ਜਦੋਂ ਕੇਜਰੀਵਾਲ ਸਾਹਿਬ ਨੇ ਮਜੀਠੀਏ ਕੋਲੋਂ ਮਾਫ਼ੀ ਮੰਗੀ ਹੈ, ਰੌਲਾ ਉਦੋਂ ਦਾ ਹੀ ਪਿਆ, ਲਗਭਗ ਸਾਲ ਹੋ ਗਿਆ, ਇਹ ਨਹੀਂ ਵੀ LOP ਦੇ ਕਰਕੇ ਹੋਇਆ ਵਾ ਸਾਰਾ ਕੁਛ, ਉਦੋਂ ਵੀ 10 MLA ਇੱਕ ਪਾਸੇ ਹੋ ਗਏ ਸੀ, 10 MLA ਜਿਹੜੇ ਇੱਕ ਪਾਸੇ ਹੋ ਗਏ ਸੀ, ਕੁਛ ਦਿੱਲੀ ਨਾਲ ਖੜ੍ਹ ਗਏ, ਕੁਛ ਇੱਧਰਲੇ ਪਾਸੇ ਖੜ੍ਹ ਗਏ ਸੀ। ਅਤੇ ਹੁਣ ਤੁਹਾਡੀ ਮੰਗ ਹੋਊਗੀ ਜਦੋਂ ਕੇਜਰੀਵਾਲ ਪੰਜਾਬ 'ਚ ਆ ਰਹੇ ਨੇ, ਰੈਲੀ ਵੀ ਉਹਨਾਂ ਨੇ ਕੀਤੀ ਆ ਬਰਨਾਲਾ, ਹੁਣ ਤੁਹਾਡੀ ਮੰਗ ਹੋਊਗੀ ਵੀ ਅਰਵਿੰਦ ਕੇਜਰੀਵਾਲ ਹਾਲੇ ਵੀ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਬਿਕਰਮ ਅਜੀਠੇ ਤੋਂ ਮਾਫ਼ੀ ਕਿਉਂ ਮੰਗੀ? ਹਾਂ, ਇਸ ਬਾਰੇ ਜ਼ਰੂਰ ਅਸੀਂ ਹੁਣ ਮੈਨੂੰ ਮਤਲਬ ਵਟਸਐਪ 'ਤੇ ਜਾਂ ਫੇਸਬੁੱਕ 'ਤੇ ਜਿਹੜੇ ਸਾਥੀ ਨੇ ਕੁਛ ਲੋਕ ਆਮ ਆਦਮੀ ਪਾਰਟੀ ਦੇ ਉਹ ਪਾਉਂਦੇ ਨੇ ਵੀ ਹੁਣ ਅਸੀਂ ਜਿਹੜਾ ਮਜੀਠੀਏ ਖਿਲਾਫ਼ ਜਿਹੜਾ ਇਹ ਜੰਗ ਜਾਰੀ ਕਰਨ ਲੱਗੇ ਹਾਂ, ਫਿਰ ਜੇ ਜੰਗ ਹੀ ਜਾਰੀ ਕਰਦੇ ਫਿਰ ਮਾਫ਼ੀ ਕਾਹਤੋਂ ਮੰਗ ਲਈ?
ਉਦੋਂ ਹੀ ਪਹਿਲਾਂ ਮਾਫੀ ਸੋਚ ਕੇ ਮੰਗ ਲੈਂਦੇ ਆ। ਅਰਵਿੰਦ ਕੇਜਰੀਵਾਲ ਦੀ, ਅਰਵਿੰਦ ਕੇਜਰੀਵਾਲ ਜਿਹੜੇ ਪੰਜਾਬ 'ਚ ਪਿੱਛੇ ਪਏ ਉਹਦੇ ਲਈ ਸਭ ਤੋਂ ਵੱਡਾ ਕਾਰਨ ਕਿਹੜਾ ਸੀ? ਪੰਜਾਬ 'ਚ ਨਾ ਆਉਣਾ ਸੀ, ਪੰਜਾਬ ਦੇ ਹੱਕ ਦੀ ਗੱਲ ਨਾ ਕਰਨਾ ਸੀ, ਜਾਂ ਬਿਕਰਮ ਮਜੀਠੀਆ ਤੋਂ ਮਾਫੀ ਮੰਗਣਾ ਸੀ? ਅਸਲ 'ਚ ਜਦੋਂ ਦੇ MLA ਬਣੇ ਨੇ, 20 MLA ਬਣੇ ਨੇ, ਉਦੋਂ ਤੋਂ ਮਤਲਬ ਉਹ ਪੰਜਾਬ ਦਾ ਖੜ੍ਹਾ ਛੱਡ ਗਏ, ਖੜ੍ਹਾ ਛੱਡ ਗਏ। ਉਹਨਾਂ ਨੂੰ ਐਂ ਸੀਗਾ ਵੀ ਸਾਡੀ 100 ਸੀਟ ਆ ਰਹੀ ਹੈ ਅਤੇ ਸੀਟਾਂ ਜਾਂ 20 ਦੇ ਕਾਰਨ ਕੀ, ਕਾਰਨ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਕਹਿੰਦੇ ਵੀ ਕਾਰਨ ਲੱਭੋ, ਪਾਰਟੀ ਦੇ ਵਿੱਚ ਰਹਿ ਕੇ ਇਹੀ ਤਾਂ ਗੱਲ ਕਹਿੰਦੇ ਸੀ, ਕਾਰਨ ਲੱਭੋ ਕਿਉਂ? ਜਿਸ ਦਿਨ ਸ਼ਾਹਕੋਟ ਦੀ ਇਲੈਕਸ਼ਨ ਲੜਨਾ ਸੀ, ਇੱਥੇ ਮਨੀਸ਼ ਸਿਸੋਦੀਆ ਜੀ ਆਏ ਤਾਂ ਉੱਥੋਂ 10 ਕੈਂਡੀਡੇਟ ਲੈ ਗਏ ਉਸ ਮੀਟਿੰਗ ਦੇ ਵਿੱਚ। ਅਸੀਂ 250-300 ਬੰਦਾ ਬੈਠਾ ਸੀਗਾ, ਜਿਹੜੇ ਲੀਡਰਸ਼ਿਪ ਬੈਠੀ ਸੀ ਸਾਰੀ। ਉਦੋਂ ਅਸੀਂ ਸੁਖਪਾਲ ਖਹਿਰਾ ਸਾਹਿਬ ਨੇ ਵੀ ਕਿਹਾ ਸੀ ਵੀ ਇਲੈਕਸ਼ਨ ਨਾ ਲੜੋ, ਮੈਂ ਵੀ ਉੱਠ ਕੇ ਕਿਹਾ ਸੀ ਇਲੈਕਸ਼ਨ ਨਾ ਲੜੋ ਕਿਉਂਕਿ ਸਾਡਾ ਢਾਂਚਾ ਨਹੀਂ ਥੱਲੇ ਬਣਿਆ ਹੋਇਆ, ਸਾਡਾ ਜਿਹੜਾ ਬੂਥ ਲੈਵਲ 'ਤੇ ਢਾਂਚਾ ਹੀ ਹਿੱਲੀ ਹੈ ਅਤੇ ਫਿਰ ਸਾਡਾ ਝੋਲੇ ਪੜ ਕੇ ਅਤੇ ਸਾਡੇ 'ਤੇ ਵੋਟ ਕੌਣ ਪਾਊਗਾ? ਕੌਣ ਪਾਊਗਾ? ਮੈਂ ਉਦੋਂ ਉੱਠ ਕੇ ਇਹ ਗੱਲ ਕਹੀ ਸੀ ਵੀ ਜਿਹੜੇ ਅੱਜ ਤੁਸੀਂ 10 ਬੰਦੇ ਨਾਲ ਲੈ ਕੇ ਆਏ ਆ, ਇਹ ਇੱਕ ਬੰਦਾ ਰਹਿ ਜਾਣਾ 10 ਦੇ ਵਿੱਚੋਂ, ਇਹ ਕਿਤੇ ਕਿਵੇਂ ਹੋ ਸਕਦਾ? ਮੈਂ ਕਿਹਾ ਹੋ ਸਕਦਾ, ਤੁਸੀਂ ਇੱਕ ਬੰਦੇ ਨੂੰ ਟਿਕਟ ਦੇਣੀ ਆ, ਦੂਜਿਆਂ ਨੇ ਕਹਿਣਾ ਨਿਰਾਸ਼ ਹੋ ਗਿਆ ਆਪਦੇ ਘਰੇ ਬਹਿ ਜਾਣਾ। ਉਹੀ ਗੱਲ 1900 ਵੋਟ ਪਈ ਉੱਥੇ ਸਾਰੀ ਜੀ। ਜੇ ਉੱਥੇ ਢਾਂਚਾ ਵਧੀਆ ਬਣਿਆ ਹੁੰਦਾ ਔਰ ਪੂਰੀ ਫਾਈਟ ਦੇ ਕੇ ਅਸੀਂ ਉੱਥੇ ਜ਼ਿਆਦਾ ਨੇ ਦੂਜੇ ਨੰਬਰ 'ਤੇ ਆਉਣਾ ਜੀ ਜੀ ਜੀ, ਅਤੇ ਜਿੱਥੇ ਸਾਡਾ ਮਤਲਬ ਰਿਹਾ ਹੀ ਕੁਛ। ਇਸੇ ਤਰ੍ਹਾਂ ਗੁਰਦਾਸਪੁਰ ਵਾਲੀਆਂ ਬਰੋਕਾਂ ਸੀ, ਗੁਰਦਾਸਪੁਰ ਮੈਂ ਵੀ ਧੱਕੇ ਨਾਲ ਆਮ ਆਦਮੀ ਪਾਰਟੀ ਨੇ ਕੀਤੀ। ਅਸੀਂ ਸੋਚਦੇ ਸੀਗੇ ਵੀ ਇਹ ਜਿਹੜਾ ਡਿਸਕਸ ਹੋਣਾ ਪਹਿਲਾਂ MLA ਦੇ ਬੈਠ 'ਚ ਬੈਠ ਕੇ ਹੋਵੇ ਅਤੇ ਉਹਨੂੰ ਫਾਈਨਲ ਕਰਨ। ਹੁਣ ਖੁਦ ਮੁਖਤਿਆਰੀ ਇਹ ਨਹੀਂ ਵੀ ਮਾਰਟ ਪ੍ਰਦੇਸ਼ ਨੂੰ ਮੁੱਖ ਮੰਤਰੀ ਬਣਾਉਂਦੇ, ਖੁਦ ਮੁਖਤਿਆਰੀ ਕਰਦੇ ਆ। ਖੁਦ ਮੁਖਤਿਆਰੀ ਤਾਂ ਆਹੀ ਕਹਿੰਦੇ ਸੀ ਵੀ ਜੇ ਕੋਈ ਫੈਸਲਾ ਲੈਣਾ ਪੰਜਾਬ ਦੇ ਵਿੱਚ ਉਹ 21-ਮੈਂਬਰੀ ਕਮੇਟੀ, 25-ਮੈਂਬਰੀ ਕਮੇਟੀ, 31-ਮੈਂਬਰੀ ਕਮੇਟੀ ਬੈਠੇ, ਉਹ ਫੈਸਲਾ ਕਰੇ। ਫੈਸਲਾ ਜਿਹੜਾ ਹੋਵੇ, ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਇਗਨੋਰ ਕਰੋ ਦਿੱਲੀ ਵਾਲਿਆਂ ਨੂੰ, ਉਹ ਫੈਸਲਾ ਇੱਥੋਂ ਲੈ ਕੇ ਉਹ ਆਪਦਾ ਫੈਸਲਾ ਉੱਥੇ ਦੱਸਣ ਵੀ ਆਹ ਅਸੀਂ ਫੈਸਲਾ ਲਿੱਤਾ ਜੀ। ਬਿਲਕੁਲ, ਫਾਈਨਲ ਮੋਰ ਉੱਥੋਂ ਲੱਗ ਜੀ, ਫਾਈਨਲ ਮੋਰ ਉੱਥੋਂ ਲੱਗ ਜੀ। ਚਲੋ ਚਲੋ, ਮਾਸਟਰ ਬਲਦੇਵ ਜੀ ਬਹੁਤ ਬਹੁਤ ਧੰਨਵਾਦ, ਸ਼ੁਭ ਇੱਛਾਵਾਂ। ਅਸੀਂ ਚਾਹਾਂਗੇ ਕਿ ਐਂ ਲੋਕਾਂ ਦੀ ਸੇਵਾ ਕਰਦੇ ਰਹੋ ਅਤੇ ਪੰਜਾਬ ਦੇ ਹੱਕ ਦੀ ਆਵਾਜ਼ ਬੁਲੰਦ ਕਰਦੇ ਰਹੋ। ਬਹੁਤ 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 ਧੰਨਵਾਦ ਜੀ ਸਾਰੇ ਸਰੋਤਿਆਂ ਵੀਰਾਂ ਦਾ, NRI ਵੀਰਾਂ ਦਾ।